ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾਂ ਮਰਨ ਕਬੂਲ ਪਹਿਲਾਂ ਮਰਨ ਕਬੂਲ ਹੋ ਸਪਨਾ ਕੀ ਤਉ ਆਓ ਹਮਾਰੇ ਪਾਸ ਹੋ ਸਪਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ ਕਬੀਰ ਐਸੀ ਹੋਏ ਪਾਰੀ ਮਨ ਕਉ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ ਪਰਮ ਸਤਿਕਾਰਯੋਗ ਗੁਰੂ ਚਰਨਾਂ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਮਹਾਨ ਸ਼ਹੀਦਾਂ ਦਾ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ ਉਹਨਾਂ ਦੇ ਨਾਂ 'ਤੇ ਬਣੇ ਹੋਏ ਪਵਿੱਤਰ ਅਸਥਾਨ 'ਤੇ ਜੁੜੇ ਹੋਏ ਸਰਬੱਤ ਮਾਈ ਭਾਈ ਸਤਸੰਗੀ ਜਨੋ ਗੁਰੂ ਕੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਜਿਹੜੇ ਸ਼ਹੀਦਾਂ ਦੇ ਦਿਹਾੜੇ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਵਾਸਤੇ ਇਕੱਤਰਿਤ ਹੋਏ ਹੋਣ ਮੈਂ ਰਾਤ ਵੀ ਕੁਝ ਬੇਨਤੀਆਂ ਕੀਤੀਆਂ ਸਨ ਔਰ ਹੁਣ ਦੇ ਦੀਵਾਨ 'ਚ ਕੁਝ ਬੇਨਤੀਆਂ ਕਰਨੀਆਂ ਨੇ ਆਸ ਕਰਦਾ ਵੀ ਥੋੜ੍ਹਾ ਜਿਹਾ ਤਵੱਜੋ ਵੀ ਦਿਓਗੇ ਮਨ ਦਾ ਸੁਭਾਅ ਬੜਾ ਤੇਜ਼ ਹੁੰਦਾ ਹੁਣੇ ਮੈਂ ਮੰਗਲਾਚਰਨੀ ਪੜ੍ਹਦਾ ਸਾਂ ਰੋਜ਼ ਇਹੋ ਕੰਮ ਕਰਦੇ ਹੈ ਮਨ ਦੀ ਬਿਣਤੀ ਮਾੜੀ ਜਿਹੀ ਉਖੜੀ ਨਹੀਂ ਤੇ ਉਦੋਂ ਹੀ ਸ਼ਬਦ ਭੁੱਲ ਜਾਂਦਾ ਹੈ ਜੇ ਸਰੋਤਾ ਵੀ ਨਾ ਟੇਕੇ ਬੈਠੇ ਤਾਂ ਵੀ ਆਨੰਦ ਨਹੀਂ ਆਉਂਦਾ ਬੁਲਾਰੇ ਬੋਲਣ ਵਾਲੇ ਨੂੰ ਆਹ ਜਿਹੜੇ ਚਾਹ ਪਾਣੀ ਹੈ ਨਾ ਇਹ ਆਪਾਂ ਘਰ ਵੀ ਪੀਂਦੇ ਹਾਂ ਤੇ ਇੱਥੇ ਵੀ ਪੀਣੇ ਆ ਪੀਣ ਵਾਸਤੇ ਹੀ ਆਏ ਸੰਗਤਾਂ ਵਾਸਤੇ ਬਣਾਏ ਨੇ ਲੰਗਰ ਲੱਗਾ ਹੋਇਆ ਇਹ ਵੀ ਸੰਗਤਾਂ ਵਾਸਤੇ ਹੀ ਹੈ ਨੇਰਾ ਲੰਗਰਾਂ ਤੇ ਚਾਹ ਪਾਣੀ ਤੱਕ ਸੀਮਤ ਹੋ ਕੇ ਘਰ ਨੂੰ ਚਲੇ ਜਾਣ ਨਾਲ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਲੰਗਰ ਤਾਂ ਆਪਾਂ ਨੂੰ ਘਰਾਂ ਵਿੱਚ ਵੀ ਮਿਲਦੇ ਇੱਥੇ ਵੀ ਮਿਲੀ ਜਾਂਦੇ ਨੇ ਹਰੇਕ ਗੁਰਦੁਆਰੇ ਲੰਗਰ ਚਲੀ ਜਾਂਦਾ ਕਾਰ ਸੇਵਾ ਵਾਲੇ ਮਹਾਂਪੁਰਖ ਸਤਿਕਾਰਯੋਗ ਬਾਬਾ ਜੀ ਬਾਬਾ ਬਲਕਾਰ ਸਿੰਘ ਜੀ ਸਰਹਾਲੀ ਸਾਹਿਬ ਕਾਰ ਸੇਵਾ ਹਨੂਮਾਨਗੜ੍ਹ ਹੈ ਸਟੇਜ ਤੇ ਸੁਭਾਏ ਮਾਣ ਨੇ ਔਰ ਦੂਰੋਂ ਦੂਰੋਂ ਚੱਲ ਕੇ ਕਵੀਸ਼ਰ ਕੌਮ ਦੇ ਗਿਆਨੀ ਤਰਸੇਮ ਸਿੰਘ ਜੀ ਮੰਡ ਹੈ ਪੰਜਾਬ ਤੋਂ ਚੱਲ ਕੇ ਆਏ ਨੇ ਅਸੀਂ ਉਹ ਕਿੱਥੇ ਗੁਰਦਾਸਪੁਰ ਉੱਥੋਂ ਚੱਲ ਕੇ ਆਏ ਹੈ ਤੇ ਮਤਬਲ ਕਹਿਣ ਦਾ ਹੈ ਲੰਗਰ ਪਾਣੀ ਵੀ ਛਕੋ ਚਾਹ ਪਾਣੀ ਵੀ ਛਕੋ ਇਹਨਾਂ ਦਿਹਾੜਿਆਂ ਨੂੰ ਕੇਵਲ ਅਸੀਂ ਮੇਲਾ ਜਿਹਾ ਬਣਾ ਕੇ ਕੋਈ ਧਰੋਂ ਤੁਰ ਗਿਆ ਕੋਈ ਧਰੋਂ ਤੁਰ ਗਿਆ ਕੋਈ ਉਹਦੀ ਬਾਂਹ ਫਾੜ ਕੋਈ ਉਹਦੀ ਬੱਸਾਂ ਜਿਵੇਂ ਇਕੱਠੇ ਹੋਏ ਹੁੰਦੇ ਹੈ ਇੱਥੇ ਤਾਂ ਚਾਹੀਦਾ ਵੀ ਚੌਂਕੜਾ ਮਾਰ ਕੇ ਬੈਠ ਜਾਈਏ ਔਰ ਗੁਰੂ ਦਾ ਬਚਨ ਕੋਈ ਹਿਰਦੇ 'ਚ ਵਸਾਉਣ ਦਾ ਯਤਨ ਕਰੀਏ ਯਤਨ ਕਰਾਂਗੇ ਤਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੀ ਚਿਰ ਸ਼ਬਦ ਨਾ ਕਰੇ ਵਿਚਾਰ ਜੇ ਵੇਖਣ ਵਿਖਾਉਣ ਤੱਕ ਸੀਮਤ ਰਹਿ ਗਏ ਨਾ ਵੀ ਆਏ ਮੱਥਾ ਟੇਕ ਲਿਆ ਸੀ ਫਰਜ਼ ਪੂਰਾ ਹੋ ਗਿਆ
ਗੱਲ ਇੰਨੇ ਨਾਲ ਨਹੀਂ ਬਣੇਗੀ। ਕੌਮ 'ਚ ਗਿਰਾਵਟਾਂ ਦਾ ਕਾਰਨ ਇਹ ਆ ਗਿਆ ਵੀ ਅਸੀਂ ਚੰਗੇ ਚੰਗੇ ਪਦਾਰਥਾਂ ਦੀ ਦੌੜ ਸਾਨੂੰ ਲੱਗ ਗਈ, ਲੇਕਿਨ ਗੁਰੂ ਦਾ ਸ਼ਬਦ ਸੁਣਨ ਤੋਂ ਅਸੀਂ ਮੂੰਹ ਫੇਰ ਲੈ। ਪ੍ਰਬੰਧਕ ਪ੍ਰਬੰਧ ਕਰਦੇ ਰਹਿ ਜਾਂਦੇ ਨੇ, ਅਸੀਂ ਬੈਠਣ ਨੂੰ ਤਿਆਰ ਨਹੀਂ। ਬੈਠਣ ਵਾਲੇ ਥੋੜ੍ਹੇ ਨੇ, ਬਾਹਰ ਮੇਲਾ ਮਨਾਉਣ ਵਾਲੇ ਬਹੁਤੇ ਨੇ। ਸੋ ਗੁਰੂ ਕਿਰਪਾ ਕਰੇ, ਗੱਲ ਉੱਦਣ ਬਣਨੀ ਹੈ ਕੌਮ ਦੀ ਵੀਰੋ, ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਕੋਲ ਸਾਨੂੰ ਬਹਿਣਾ ਆ ਗਿਆ। ਬਹਿਣਾ ਜਿੱਦਣ ਅਸੀਂ ਬੈਠ ਗਏ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਤਾਪਿਆ ਵਿੱਚ, ਗੁਰੂ ਦੇ ਚਰਨਾਂ ਵਿੱਚ, ਦੁਨੀਆਂ ਦੀ ਕਿਹੜੀ ਗੱਲ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨਾ ਦੱਸਦੇ ਹੋਣ। ਦੁੱਖ ਇਸ ਗੱਲ ਦਾ ਹੈ ਸਾਨੂੰ ਬੈਠਣਾ ਨਹੀਂ ਆਇਆ, ਸਾਨੂੰ ਬਹਿਣ ਦਾ ਤਰੀਕਾ ਨਹੀਂ ਅੱਜ ਤੱਕ ਪਤਾ ਲੱਗ ਸਕਿਆ। ਜੁੜ ਜਾਣਾ ਇੱਕ ਜ਼ਿੰਦਗੀ ਹੈ, ਟੁੱਟ ਜਾਣਾ ਤੱਕ ਮੌਤ ਹੁੰਦੀ ਹੈ। ਜੁੜ ਜਾਣਾ ਸ਼ਬਦ ਨਾਲ, ਸਿਧਾਂਤ ਨਾਲ। ਮੈਂ ਰਾਤ ਵੀ ਗੱਲ ਕਹੀ ਸੀ, ਬਾਬਾ ਦੀਪ ਸਿੰਘ ਦੇ ਹਾਣੇ ਵੀ ਲੱਖਾਂ ਦੀ ਤਾਦਾਦ ਦੇ ਹੋਣਗੇ। ਬੜੀ ਦੁਨੀਆ ਜੰਮੀ ਤੇ ਬੜੀ ਦੁਨੀਆ ਮਰੀ, ਹਜ਼ਾਰਾਂ ਨਾਲ ਰੋਜ਼ ਜੰਮਦੇ ਨੇ, ਹਜ਼ਾਰਾਂ ਨਾਲ ਮਰਦੀ ਹੈ ਦੁਨੀਆ। ਪਰ ਅੱਜ ਬਾਬਾ ਦੀਪ ਸਿੰਘ ਦਾ ਦਿਨ ਕਿਉਂ ਮਨਾਇਆ ਜਾ ਰਿਹਾ ਹੈ? ਜਿਨ੍ਹਾਂ ਨੇ ਧਰਮ ਵਾਸਤੇ, ਕੋਈ ਮਾਨਵਤਾ ਵਾਸਤੇ ਗੁਰੂ ਨੂੰ ਸਮਰਪਿਤ ਹੋ ਕੇ ਕੋਈ ਕੌਮ ਲਈ ਕੀਤਾ ਹੈ ਨਾ, ਯਾਦ ਰੱਖਣਾ ਕੌਮ ਉਹਨਾਂ ਨੂੰ ਫਿਰ ਸਤਿਕਾਰ ਤੇ ਮਾਣ ਕਰਦੀ ਹੈ। ਮੇਰਾ ਖਿਆਲ ਹੈ ਵੀ ਕਿਸੇ ਦੇਸ਼ ਵਿੱਚ ਵੀ ਜਿੱਥੇ ਸਿੱਖ ਬੈਠਾ ਹੈ, ਹਿੰਦੁਸਤਾਨ ਦੀ ਸਟੇਟ ਵਿੱਚ ਵੀ ਜਿੱਥੇ ਜਿੱਥੇ ਸਿੱਖ ਬੈਠਾ ਹੈ, ਅੰਮ੍ਰਿਤਸਰ ਦੀ ਧਰਤੀ ਔਰ ਸਾਰੇ ਪੰਜਾਬ ਬਾਹਰ ਹੈ, ਬਾਬਾ ਦੀਪ ਸਿੰਘ ਸਾਹਿਬ ਦਾ ਜਨਮ ਦਿਹਾੜਾ ਇੰਨੇ ਉਤਸ਼ਾਹ ਨਾਲ ਨਗਰ ਕੀਰਤਨ ਕੱਢ ਕੱਢ ਕੇ ਮਨਾਇਆ ਜਾਂਦਾ। ਨਗਰ ਕੀਰਤਨ ਹੈ, ਉਸ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ। ਔਰ ਉਹ ਧਰਤੀ ਹੈ 1975 ਵਿੱਚ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਪੁਰਬ ਮਨਾਇਆ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਜਦੋਂ ਨਗਰ ਭੂਰਿਆਂ ਤੋਂ ਨਗਰ ਕੀਰਤਨ ਕੱਢਿਆ, 37 ਨਗਰ ਕੀਰਤਨ ਕੱਢੇ, 37 ਕੌਮਾਂ ਵਿੱਚ ਇੰਨਾ ਹਲੂਣਾ ਦਿੱਤਾ, ਇੰਨਾ ਵੱਡੀ ਪੱਧਰ 'ਤੇ ਅੰਮ੍ਰਿਤ ਸੰਚਾਰ ਹੋਇਆ, ਔਰ ਨੀਲੀਆਂ ਅਤੇ ਕਾਲੀਆਂ ਅਤੇ ਪੀਲੀਆਂ ਦਸਤਾਰਾਂ ਦਾ ਹੜ੍ਹ ਆ ਗਿਆ ਹੈ। ਸਾਡੇ ਖਾਲਸਾ ਕਾਲਜ ਅੰਮ੍ਰਿਤਸਰ, ਜੇ ਕੋਈ ਦਾੜੀ ਕੇਸ ਵਾਲਾ ਮੁੰਡਾ ਹੁੰਦਾ ਤਾਂ ਉਹਨੂੰ ਗਿਆਨੀ ਜੀ ਕਹਿ ਕੇ ਮਖੌਲ ਕਰਦੇ। ਖਾਲਸਾ ਕਾਲਜ 'ਤੇ ਦਾੜੀ ਕੇਸ ਵਾਲਾ ਮੁੰਡਾ ਨਹੀਂ ਸੀ ਲੱਭਦਾ। ਸੰਤ ਕਰਤਾਰ ਸਿੰਘ ਜੀ ਦੀ ਇਹ ਵੱਡੀ ਦੇਣ, ਉਹਨਾਂ ਨੇ ਇਹ ਨਾਅਰਾ ਦਿੱਤਾ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਘਰ ਘਰ ਤੱਕ ਗੂੰਜਾਂ ਪਵਾਈਆਂ ਤੇ ਜਦੋਂ ਨਗਰ ਕੀਰਤਨ ਕੱਢਿਆ ਨਾ, ਭਿੱਖੀ ਵਿੰਡ ਦੇ ਚੁੜਾਏ ਵਿੱਚ, ਕਿਉਂਕਿ ਆਪਾਂ ਸਾਰੇ ਉਸ ਇਲਾਕੇ ਦੇ ਹੀ ਹੈ, ਭਿੱਖੀ ਵਿੰਡ ਦੇ ਚੌਂਕ ਵਿੱਚ ਖਲੋ ਕੇ ਮਹਾਂਪੁਰਖਾਂ ਨੇ ਸਪੀਚ ਕੀਤੀ ਤੇ ਉਸ ਵੇਲੇ ਕਿਹਾ ਸੀ, ਇਲਾਕੇ ਵਾਲਿਓ, ਜਿਹੜੀ ਰੋਜ਼ 2 ਵੇਲੇ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕਰਦੇ ਹੋ ਨਾ, ਇਹ 75% ਸਾਡੇ ਵੀਰਾਂ ਬਜ਼ੁਰਗਾਂ ਨੇ, ਇਸ ਧਰਤੀ ਦੇ ਚੁਫੇਰੇ ਦੇ ਲੋਕਾਂ ਨੇ ਬਣਾਈ ਹੈ। ਕੋਈ ਪਿੰਡ ਐਸਾ ਨਹੀਂ ਜਿੱਥੇ ਸ਼ਹੀਦ ਪੈਦਾ ਨਾ ਹੋਇਆ ਹੋਵੇ ਮਾਝੇ ਦਾ। ਉਹਨਾਂ ਆਖਿਆ, ਪਰੇ ਥੋੜ੍ਹਾ ਜਿਹਾ ਇੱਥੋਂ ਕਿਲੋਮੀਟਰ 'ਤੇ ਜਾਓ, ਬਾਬਾ ਦੀਪ ਸਿੰਘ ਸਾਹਿਬ ਦਾ ਨਗਰ ਪਊ ਪਿੰਡ ਹੈ, ਥੋੜ੍ਹਾ ਜਿਹਾ ਸੱਜੇ ਹੱਥ ਹੋ ਜਾਓ ਤੇ ਬਾਬਾ ਤਾਰੂ ਸਿੰਘ ਸਾਹਿਬ ਜੀ ਸਿਰ ਲੱਥ ਹੈ, ਸਿਰ ਦਾ ਖੋਪੜਾ ਲੱਥਾ ਹੋਇਆ ਤੇ 22 ਦਿਨ ਚੌਂਕੜਾ ਮਾਰ ਕੇ ਬੈਠਾ ਹੈ। ਇਹ ਗੁਰਬਾਣੀ ਤੇ ਸਿੱਖੀ ਨੂੰ ਜਿਨ੍ਹਾਂ ਨੇ ਸਮਝਿਆ ਹੈ ਨਾ, ਇਹ ਉਹਨਾਂ ਲੋਕਾਂ ਦਾ ਇਤਿਹਾਸ ਹੈ
ਆਖਿਆ ਸੀ ਇੱਕ ਰੋਮ ਨਹੀਂ ਕਤਲ ਕੀਤਾ ਜਾ ਸਕਦਾ, ਇੱਕ ਰੋਮ ਹੈ। ਇਹ ਮੇਰੇ ਹੋਣ ਤੇ ਕੱਟੇ ਜਾ ਰਹੇ ਤੇ ਮੇਰੇ ਕਲਗੀਧਰ ਸਤਿਗੁਰੂ ਦੀ ਮੈਨੂੰ ਦਾਤ ਹੈ, ਇੱਕ ਰੋਮ ਨਹੀਂ ਮੇਰਾ ਸਿਰ ਦਾ ਕੱਟਿਆ ਜਾ ਸਕਦਾ। ਨਹੀਂ ਕੱਟਿਆ ਗਿਆ। ਅੱਜ ਅਸੀਂ ਪੱਲਿਓਂ ਪੈਸੇ ਦੇ ਕੇ ਸਿੱਖੀ ਤੋਂ ਖਾਰਜ ਹੋ ਰਹੇ, ਪੱਲਿਓਂ ਪੈਸੇ ਦੇ ਕੇ ਨਵਾਬੀਆਂ ਦਿੱਤੀਆਂ ਜਾ ਰਹੀਆਂ ਸੀ, ਬਹਾਦਰ ਸੂਰਮਿਆਂ ਨੇ ਠੁਕਰਾ ਦਿੱਤੀਆਂ, ਅਹੁਦੇ ਦਿੱਤੇ ਜਾ ਰਹੇ ਸੀ, ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਏ ਅਹੁਦੇ ਮੁਰਾਤਬੇ। ਪਰ ਜਦੋਂ ਸਿਰ ਦੇਣ ਦੀ ਵਾਰੀ ਆਈ, ਆਖਿਆ ਰੇ ਸਿੱਖ ਦੇ ਸਿਰ ਕੱਟ ਦਿਓ, ਵਾਲ ਕੱਟੋ, ਨਹੀਂ ਕੱਟਿਆ ਗਿਆ। ਸਿਰ ਦਾ ਕੋਪੜਾ ਖਾਲਸਾ ਜੀ ਆ ਹਿੱਸਾ ਨਾ ਉੱਪਰਲਾ, ਮਾਰ ਮਾਰ ਕੇ ਰੰਬੀਆਂ ਦੇ ਉੱਪਰ ਥੌੜੇ, ਅੱਧਾ ਉੱਪਰਲਾ ਕੇਸਾਂ ਵਾਲਾ ਸਿਰ ਹੀ ਸਾਰਾ ਉਡਾ ਦਿੱਤਾ। ਲਾਹੌਰ ਦਾ ਸੂਬਾ ਸੀ ਖਾਨ ਬਹਾਦਰ ਜਕਰੀਆ ਖਾਨ। ਆਖਿਆ ਓਏ ਲਾਹੌਰੀ ਸੂਬਿਆਂ, ਮੈਂ ਗੁਰੂ ਕਾ ਨਿਮਾਣਾ ਜਾਂ ਸਿੱਖ ਹਾਂ, ਪੈਰ ਦੀ ਜੁੱਤੀ ਅੱਗੇ ਲਾ ਕੇ ਨਰਕਾਂ 'ਚ ਪਾ ਕੇ ਫਿਰ ਸੱਚਖੰਡ ਨੂੰ ਜਾਵਾਂਗਾ। ਅੱਧਾ ਸਿਰ ਵੱਢਿਆ ਹੋਇਆ। ਬੜੇ ਬੜੇ ਡਾਕਟਰ ਨੇ, ਬੜੇ ਬੜੇ ਅੱਜ ਕੱਲ੍ਹ ਦੇਸ਼ ਨੇ ਤਰੱਕੀ ਕੀਤੀ, ਸਾਰਿਆਂ ਨੇ ਕੀਤੀ ਹੈ, ਪਰ ਕੋਈ ਡਾਕਟਰ ਐਸਾ ਨਹੀਂ ਕਿਸੇ ਬੰਦਾ ਸਿਰ ਵੱਢ ਦੇ ਤੇ 22 ਦਿਨ ਚੌਂਕੜਾ ਮਾਰ ਕੇ ਬੈਠਾ ਰਹੇ ਬਿਨਾਂ ਡਾਕਟਰ ਬਿਨਾਂ ਦਵਾਈ ਤੋਂ। 22 ਦਿਨ ਚੌਂਕੜਾ ਮਾਰ ਕੇ ਬੈਠਾ ਰਿਹਾ ਬਾਬਾ ਤਾਰੂ ਸਿੰਘ ਸਾਹਿਬ। ਹੈ ਆਖਿਆ ਸੀ ਜੁੱਤੀ ਅੱਗੇ ਲਾ ਕੇ ਨਰਕਾਂ 'ਚ ਪਾ ਕੇ ਸੱਚਖੰਡ ਨੂੰ ਜਾਣਾ ਹੈ। ਖਾਨ ਬਹਾਦਰ ਲਾਹੌਰੀ ਸੂਬੇ ਨੂੰ ਪਿਸ਼ਾਬ ਦਾ ਬੰਨ ਪੈਣਾ, ਤਰਲੇ ਲੈਣੇ ਵੀ ਭਾਈ ਸ਼ਵੇਗ ਸਿੰਘ ਆ ਕੋਈ ਪ੍ਰਬੰਧ ਕਰ, ਪੰਥ ਦੇ ਕੋਲ ਜਾ ਮੇਰੀ ਭੁੱਲ ਮੁਕਵਾਣ। ਅਕਾਲ ਤਖ਼ਤ ਤੇ ਸਜੇ ਹੋਏ ਦੀਵਾਨ 'ਚ ਸ਼ਵੇਗ ਸਿੰਘ ਆਇਆ, ਉਹਨੇ ਆਖਿਆ ਖਾਲਸਾ ਜੀ ਆਹ ਗੱਲ ਹੈ ਤੇ ਕਿਰਪਾ ਕਰੋ। ਉਸ ਵੇਲੇ ਕਿਹਾ ਸੀ ਬਾਬਾ ਤਾਰੂ ਸਿੰਘ ਦਾ ਜੁੱਤਾ ਲੈ ਜਾਓ, ਇਹਦੇ ਪਾਪੀ ਦੇ ਸਿਰ ਵਿੱਚ ਮਾਰੋ, ਫਿਰ ਪਿਸ਼ਾਬ ਦਾ ਬੰਨ ਟੁੱਟੇਗਾ। ਭਾਈ ਤਾਰੂ ਸਿੰਘ ਦਾ ਜੁੱਤਾ ਲਿਆ, ਆਖਿਆ ਪੰਥ ਦਾ ਹੁਕਮ, ਕਹਿੰਦਾ ਛੇਤੀ ਨਾਲ ਮਾਰੋ, ਬੜਾ ਦੁਖੀ ਸੀ ਪਿਸ਼ਾਬ ਦੇ ਕਾਰਨ। ਭਾਈ ਸਾਹਿਬ ਜੀ ਨੇ ਪੋਲਾ ਪੋਲਾ ਜਿਹਾ ਮਾਰਿਆ ਵੀ ਫਿਰ ਵੀ ਲਾਹੌਰੀ ਸੂਬਾ ਹੈ, ਉਹ ਪਿਸ਼ਾਬ ਖੁੱਲ੍ਹ ਕੇ ਨਾ ਆਵੇ। ਕਹਿੰਦਾ ਸਿੰਘਾ ਜੋੜ ਕੇ ਮਾਰ ਤਾਂ ਕਿ ਮੇਰੀ ਜਾਨ ਬਚੇ, ਮੈਨੂੰ ਪਿਸ਼ਾਬ ਆ ਜਾਏ। ਜੋੜ ਜੋੜ ਕੇ ਮਾਰੇ ਤੇ 22 ਦਿਨ ਜੁੱਤੀਆਂ ਖਾਂਦਾ ਹੋਇਆ ਨਾ, ਲਾਹੌਰ ਦਾ ਗਵਰਨਰ ਹੈ ਲਾਹੌਰੀ ਸੂਬਾ, ਜ਼ਾਲਮ ਪਾਪੀ ਮਰ ਗਿਆ। ਉਹਦੇ ਮਰਨ ਤੋਂ ਬਾਅਦ ਲਾਹੌਰ ਦੀਆਂ ਸੰਗਤਾਂ ਇਕੱਠੀਆਂ ਹੋਈਆਂ, ਆਣ ਪਹੁੰਚੀਆਂ ਸ਼ਹੀਦਗੰਜ ਅਸਥਾਨ, ਜਿੱਥੇ ਚੌਂਕੜਾ ਮਾਰ ਕੇ 22 ਦਿਨ ਤੋਂ ਬਾਬਾ ਤਾਰੂ ਸਿੰਘ ਬੈਠਾ ਹੋਇਆ। ਆਣ ਫਤਿਹ ਗਜਾਈ ਸਜਲ ਨੇਤਰਾਂ ਨਾਲ, ਬਾਬਾ ਜੀ ਜ਼ਾਲਮ ਪਾਪੀ ਮਰ ਗਿਆ, ਸਿੰਘਾ ਤੁਹਾਡਾ ਬਚਨ ਸੱਤ ਹੋ ਗਿਆ ਤੇ ਪਾਪੀ ਜੁੱਤੀਆਂ ਖਾਂਦਾ ਮਰ ਗਿਆ। ਕਹਿਣ ਲੱਗੇ ਮਰ ਗਿਆ ਪਾਪੀ? ਕਹਿੰਦੇ ਹਾਂ ਮਰ ਗਿਆ। ਚੰਗਾ ਸੰਗਤ ਜੀ, ਮੈਂ ਵਾਅਦਾ ਕੀਤਾ ਸੀ ਵੀ ਪਹਿਲਾਂ ਨਰਕਾਂ 'ਚ ਪਾਉਣਾ ਹੈ ਅਤੇ ਫਿਰ ਸੱਚਖੰਡ ਨੂੰ ਜਾਣਾ ਹੈ, ਹੁਣ ਮੈਨੂੰ ਆਗਿਆ ਬਖਸ਼ੋ ਅਤੇ ਮੈਂ ਸੱਚਖੰਡ ਨੂੰ ਜਾਵਾਂ। ਸਾਰੀ ਸੰਗਤ ਇਰਦ ਗਿਰਦ ਬੈਠੀ ਹੋਈ, ਅੱਖਾਂ 'ਚ ਤ੍ਰਿਪ ਤ੍ਰਿਪ ਪਾਣੀ ਵਗ ਰਿਹਾ ਸਿੱਖ ਦੀ ਕੁਰਬਾਨੀ ਨੂੰ ਵੇਖ ਕੇ। ਹੱਥ ਜੋੜੇ ਲਾਹੌਰ ਦੀ ਸੰਗਤ ਨੂੰ ਫਤਿਹ ਗਜਾਈ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਗੁਰਪੁਰੀ ਪਿਆਨਾ ਕਰ ਗਿਆ। 22 ਦਿਨ ਚੌਂਕੜਾ ਮਾਰ ਕੇ ਬੈਠਾ ਰਿਹਾ, 22 ਦਿਨ ਇਹ ਅੰਮ੍ਰਿਤ ਦੀ ਧੁਰਕੀ ਬਾਣੀ ਤੇ ਦ੍ਰਿੜ ਵਿਸ਼ਵਾਸ ਦੀਆਂ ਕਹਾਣੀਆਂ ਨੇ, ਜਿਹੜਾ ਸਾਡਾ ਵਿਰਸਾ, ਸਾਡਾ ਵਡਮੁੱਲਾ ਇਤਿਹਾਸ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਦੇਵ ਕਰਕੇ ਮੰਨਿਆ,
ਤੇ ਬਾਜਾਂ ਵਾਲੀ ਦੀ ਸਿੱਖੀ ਨੂੰ ਰੋਮ ਰੋਮ ਕਰਕੇ ਨਿਛਾਵਰ ਕਰ ਦਿੱਤਾ ਗੁਰੂ ਕੇ ਸਿੱਖਾਂ ਨੇ। ਭਿੱਖੀ ਵਿੰਡ ਦੇ ਚੌਂਕ ਚੋਂ ਸੱਜੇ ਹੱਥ ਨੂੰ ਵੇਖੋ ਤੇ ਪਹੁ ਵਿੰਡ ਸਥਾਨ ਹੈ। ਮਹਾਂਪੁਰ ਕਹਿਣਗੇ ਅੰਮ੍ਰਿਤਸਰ ਵਾਲੀ ਸੜਕ ਵੇਖ ਲਓ, ਥੋੜਾ ਜਿਹਾ ਅੱਗੇ ਜਾਓ ਜੀ ਭਿੱਖੀ ਵਿੰਡ ਤੋਂ ਅੱਗੇ ਤੇ ਸਿੰਘਪੁਰਾ ਨਗਰ ਆਉਂਦਾ, ਖੱਬੇ ਹੱਥ ਹੈ। ਨਵਾਬ ਕਪੂਰ ਸਿੰਘ ਹੈ, ਕਦੇ ਪੰਥ ਦਾ ਨਵਾਬ ਬਣਿਆ ਤੇ ਨਵਾਬੀ ਸੰਭਾਲੇ। ਆਈ ਲਾਹੌਰ ਦੀ ਨਵਾਬੀ ਤੇ ਖਾਲਸੇ ਨੇ ਆਖਿਆ ਸਾਨੂੰ ਪ੍ਰਵਾਨ ਨਹੀਂ। ਛਵੇਕ ਸਿੰਘ ਨੇ ਆਖਿਆ ਸਿੰਘੋ ਤੁਹਾਨੂੰ ਖਾਲਸੇ ਨੂੰ ਵੱਡੇ ਜਾਣ ਕੇ ਭੇਟਾ ਭੇਜੀ ਹੈ ਲਾਹੌਰੀ ਸੂਬੇ ਦੇ, ਪ੍ਰਵਾਨ ਕਰ ਲਵੋ। ਹੁਣ ਨਵਾਬ ਕੌਣ ਬਣੇ, ਕੌਣ ਨਵਾਬ ਬਣੇ, ਮੈਂ ਤੁਹਾਡੇ ਇਲਾਕੇ ਦੀ ਦਾਸਤਾਨ ਦੱਸ ਰਿਹਾ ਜਿੱਥੋਂ ਤੁਸੀਂ ਉੱਠ ਕੇ ਆਏ ਹੋ, ਜਿਨ੍ਹਾਂ ਮਹਾਂਪੁਰਖਾਂ ਦਾ ਜੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਸ ਵੇਲੇ ਕਹਿਣ ਲੱਗੇ ਕੌਣ ਬਣੇ ਨਵਾਬ, ਜਿਹਨੂੰ ਵੀ ਕਿਹਾ ਜਾਂਦਾ ਨਵਾਬ ਬਣਨ ਵਾਸਤੇ, ਉਹ ਕਹਿੰਦਾ ਵੀ ਮੈਂ ਨਹੀਂ ਬਣਦਾ ਨਾ, ਮੈਂ ਨਵਾਬੀ ਚੁੱਲ੍ਹੇ 'ਚ ਪਾ ਕੇ ਸਾੜ ਦਿਓ, ਮੈਂ ਨਵਾਬੀ ਤੋਂ ਕੀ ਕਰਾਉਣਾ ਹੈ। ਉਸ ਸਮੇਂ ਬੜਾ ਯਤਨ ਕੀਤਾ ਵੀ ਕੌਣ ਨਵਾਬ ਬਣਾਇਆ ਜਾਵੇ। ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ, ਗੁਰੂ ਦਾ ਹੁਕਮ ਲਓ ਤੇ ਜਿਹਨੂੰ ਸਤਿਗੁਰੂ ਕਹਿਣਗੇ ਬਣਾ ਦੇਵਾਂਗੇ। ਪੰਥ ਨੇ ਅਰਦਾਸਾਂ ਸੋਧਿਆ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ। ਜਦੋਂ ਤਾਬਿਆ ਬੈਠੇ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਵੀ ਟਹਿਲ ਮਹਿਲ ਤਾ ਕਉ ਮਿਲੈ, ਜਾ ਕਉ ਸਾਧ ਕਿਰਪਾਲ। ਟਹਿਲ ਸੇਵਾ ਕਰ ਰਿਹਾ ਸੀ ਨਵਾਬ ਕਪੂਰ ਸਿੰਘ ਜੀ ਸਿੰਘਪੁਰੇ ਵਾਲੇ। ਭਾਈ ਕਪੂਰ ਸਿੰਘ ਜੀ ਪੱਖਾ ਚੱਲ ਰਿਹਾ ਸੀ ਸੰਗਤ ਨੂੰ। ਪੰਥ ਨੇ ਆਖਿਆ ਕਪੂਰ ਸਿੰਘਾ, ਪੰਥ ਦਾ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਇਹ ਟਹਿਲ ਸੇਵਾ ਕਰਨ ਵਾਲੇ ਨੂੰ ਨਵਾਬੀ ਦਿੱਤੀ ਜਾਵੇ, ਤੈਨੂੰ ਪੰਥ ਦਾ ਨਵਾਬ ਥਾਪਿਆ ਜਾਵੇਗਾ। ਪੱਖਾ ਕਰਦਿਆਂ ਕਰਦਿਆਂ ਰੱਖ ਦਿੱਤਾ ਤੇ ਕਮਰ ਕਸਾ ਲੱਕ ਨਾਲ ਬੱਧਾ ਖੋਲ ਲਿਆ, ਗਲ ਚ ਪੱਲੂ ਪਾਇਆ। ਖਾਲਸਾ ਜੀ ਮੈਂ ਤੁਹਾਡੇ ਘੋੜਿਆਂ ਨੂੰ ਦਾਣਾ ਪਾਉਣਾ ਹੈ, ਪੱਠੇ ਲਿਆ ਕੇ ਪਾਉਣਾ ਹੈ, ਤੁਹਾਡੇ ਘੋੜਿਆਂ ਨੂੰ ਖੜਖੜਾ ਕਰਦਾ ਹੈ, ਸੇਵਾ ਸੰਭਾਲ ਕਰਦਾ ਹੈ, ਜੂਠੇ ਭਾਂਡੇ ਮਾਂਜਦਾ ਹੈ, ਸੰਗਤ ਦੀ ਸੇਵਾ ਕਰਦਾ ਤੇ ਪੱਖੇ ਦੀ ਸੇਵਾ ਕਰ ਰਿਹਾ ਸਾਂ, ਇਹ ਹੁਣ ਤੁਹਾਡੇ ਘੋੜਿਆਂ ਦੀ ਸੇਵਾ, ਪੰਥ ਦੇ ਪਾਟੇ ਮਾਂਜਣ ਦੀ ਭਾਂਡੇ ਮਾਂਜਣ ਦੀ ਸੇਵਾ ਹੈ, ਕੀ ਇਹ ਸਾਰੀਆਂ ਸੇਵਾਵਾਂ ਮੇਰੇ ਕੋਲੋਂ ਖੁੱਸ ਜਾਣਗੀਆਂ? ਜੇ ਸੇਵਾਵਾਂ ਖੁੱਸ ਜਾਣਗੀਆਂ ਤੇ ਨਵਾਬੀ ਚੁੱਲ੍ਹੇ 'ਚ ਪਾ ਦਿਓ। ਕਪੂਰ ਸਿੰਘ ਨਵਾਬੀ ਨਹੀਂ ਚਾਹੁੰਦਾ, ਮੈਂ ਪੰਥ ਦਾ ਸੇਵਾਦਾਰ ਹਾਂ, ਜੇ ਸੇਵਾ ਤੋਂ ਹੱਥ ਪਿੱਛੇ ਹਟ ਜਾਣਾ ਮੈਂ ਨਵਾਬੀ ਤੋਂ ਕੀ ਕਰਾਉਣਾ ਹੈ। ਪੰਥ ਨੇ ਆਖਿਆ ਕਪੂਰ ਸਿੰਘਾ ਤੈਨੂੰ ਕੋ ਰੋਕਦਾ, ਭਾਂਡੇ ਮਾਂਜ, ਘੋੜਿਆਂ ਦੀ ਸੇਵਾ ਕਰ, ਖਰਖਰਾ ਕਰ, ਦਾਣਾ ਪਾਣ, ਪਰ ਨਵਾਬੀ ਪੰਥ ਦੀ ਇਹ ਤੇਰੇ ਜੁੰਮੇ ਹੈ। ਜਦੋਂ ਨਵਾਬੀ ਦੇਣ ਲੱਗੇ ਨੇ ਤੇ ਸ਼ਰਧਾ ਭਾਵਨਾ ਇੰਨੀ ਆਖਿਆ ਪੰਜ ਸਿੰਘਾਂ ਦੇ ਚਰਨਾਂ ਨੂੰ ਪਹਿਲੋ ਛੁਹਾਓ ਫਿਰ ਮੈਨੂੰ ਇਹ ਨਵਾਬੀ ਬਖਸ਼ੀ ਜਾਵੇ। ਪਹਿਲੋ ਪੰਜ ਸਿੰਘਾਂ ਦੇ ਚਰਨ ਛੋਹ ਇਹਨੂੰ ਪ੍ਰਾਪਤ ਕਰਵਾਓ। ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਜੇ ਹੋਏ ਲਾਹੌਰ ਦਰਬਾਰ ਅੰਦਰ ਵੀ ਇਹ ਗੱਲ ਕਹੀ ਸੀ। ਜਦੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਕਹਿਣ ਲੱਗੇ ਮਹਾਰਾਜਾ ਜੀ ਇਸ ਰਸਮ ਤੋਂ ਬਾਅਦ ਤੂੰ ਕੌਮ ਦਾ ਬਾਦਸ਼ਾਹ ਹੋਵੇਗਾ, ਇਸ ਰਸਮ ਹੋਣ ਤੋਂ ਬਾਅਦ ਤੂੰ ਕੌਮ ਦਾ ਬਾਦਸ਼ਾਹ ਬਣਨਾ, ਉਸ ਬਾਦਸ਼ਾਹ ਬਣਨ ਤੋਂ ਪਹਿਲਾਂ ਕੌਮ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ? ਬਾਬਾ ਸਾਹਿਬ ਸਿੰਘ ਬੇਦੀ ਦੇ ਅੱਗੇ ਹੱਥ ਜੋੜ ਕੇ ਕੌਮ ਦੇ ਬਹਾਦਰ ਸੂਰਮੇ ਸ਼ੇਰੇ ਪੰਜਾਬ ਨੇ ਕਿਹਾ ਸੀ ਬਾਬਾ ਜੀ ਜਿਹੜੀ ਇਹ ਸ਼ਾਹੀ ਪੁਸ਼ਾਕ ਜੋ ਇਹ ਮੈਨੂੰ ਦੇਣ ਲੱਗੇ ਹੋ ਬਾਦਸ਼ਾਹੀ ਸਿਲਸਿਲਾ,
ਕਿ ਸਭ ਤੋਂ ਪਹਿਲਾਂ ਪੰਜ ਸਿੰਘਾਂ ਦੇ ਚਰਨਾਂ ਨੂੰ ਸੁਹਾਉਣ, ਪੰਜ ਸਿੰਘਾਂ ਦੇ ਚਰਨਾਂ ਨੂੰ ਸੁਹਾ ਕੇ ਮੇਰੇ ਸਿਰ ਤੇ ਤਾਜ ਰੱਖਿਆ ਜਾਵੇ। ਇਹ ਸਾਡਾ ਇਤਿਹਾਸ ਹੀ ਪੁਰਾਤਨ ਇਤਿਹਾਸ ਹੈ। ਨਵਾਬ ਕਪੂਰ ਸਿੰਘ ਸਾਹਿਬ ਜੀ ਕੌਮ ਦੇ ਨਵਾਬ ਬਣੇ, ਬਹੁਤ ਵੱਡੀ ਪੰਥ ਦੀ ਕਹਾਲ ਕਮਾਈ ਸੇਵਨ। ਥੋੜਾ ਜਿਹਾ ਅੰਮ੍ਰਿਤਸਰ ਨੂੰ ਹੋਰ ਅੱਗੇ ਚਲੇ ਜਾਈਏ, ਸੁਰ ਸਿੰਘ ਨਗਰ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਨੇ। ਬਾਬਾ ਬਿਧੀ ਚੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਹੈ। ਸੁਰ ਸਿੰਘ ਉਹਨਾਂ ਦਾ ਨਗਰ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਹੈ। ਜਿਸ ਬੰਨੇ ਵੀ ਤੁਸੀਂ ਵੇਖੋ, ਕਦੇ ਬਾਰਡਰ ਵੱਲ ਵੇਖੋ, ਜਿੱਧਰ ਖਾਲੜੇ ਨੂੰ ਜਾਂਦਿਆਂ ਹੋਇਆਂ ਪਹੂ ਪਿੰਡ ਤੋਂ ਅੱਗੇ ਚਲੇ ਜਾਈਏ, ਨਾਰਲੀ ਨਗਰ ਹੈ। ਨਾਰਲੇ 22 ਮੰਜੀਆਂ ਚੋਂ ਇੱਕ ਮੰਜੀ ਨੇ ਜਿਹੜੀ ਗੁਰੂ ਅਮਰਦਾਸ ਨੇ ਸਿੱਖਾਂ ਨੂੰ ਬਖਸ਼ੀਆਂ ਸੀ, ਉਸ ਪਿੰਡ ਦੇ ਗੁਰਦੁਆਰੇ ਮੰਜੀ ਅੱਜ ਵੀ ਸਵਾਇਮਾਨ ਹੈ। ਬੜੇ ਬੜੇ ਸਿੱਖ ਉਸ ਨਗਰ ਦੇ, ਔਰ ਕਦੇ ਪੰਥ ਪ੍ਰਕਾਸ਼ ਪੜ੍ਹ ਕੇ ਵੇਖੀ ਤੇ ਨਾਰਲੀ ਦੇ ਬਹਾਦਰ ਸੂਰਮਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਕਹਾਲ ਕਮਾਈਆਂ ਕੀਤੀਆਂ। ਉਸੇ ਨਗਰ ਲਾਈਨ ਤੇ ਖਾਲਸਾ ਜੀ ਬ੍ਰਹਮ ਗਿਆਨੀ ਭਾਈ ਜੇਠਾ ਜੀ ਦਾ ਨਗਰ ਸੰਧਵਾਨ, ਜਿੱਥੋਂ ਦੇ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨੀ ਭਾਈ ਜੇਠਾ ਜੀ। ਅੰਮ੍ਰਿਤਸਰ ਸਾਹਿਬ ਨੂੰ ਚੱਲੀਏ ਤਾਂ ਥਾਂ ਥਾਂ ਤੇ ਕੋਈ ਨਗਰ ਐਸਾ ਨਹੀਂ। ਮਨਾਵਾ ਨਗਰ ਬ੍ਰਹਮ ਗਿਆਨੀ ਬਾਬਾ ਲੱਖੂ ਜੀ, ਬਾਰਡਰ ਤੋਂ ਪਾਰ ਚਲੇ ਜਾਓ, ਦਮਦਮੀ ਟਕਸਾਲ ਦੇ ਦੂਸਰੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਅਸਥਾਨ ਹੈ। ਔਰ ਕਿਹੜੀ ਜਗ੍ਹਾ ਕਿਹੜਾ ਇਲਾਕਾ ਖਾਲੀ ਹੈ, ਪੱਟੀ ਤੇ ਲਾਹੌਰ ਦੀਆਂ ਉਹ ਜੇਲ੍ਹਾਂ ਜਿੱਥੇ ਸਾਡੀਆਂ ਭੈਣਾਂ ਨੇ 125 ਮਨ ਦੇ ਪੀਸਣੇ ਪੀਸੇ। ਅੱਜ ਤੁਸੀਂ ਸ਼ਹੀਦ ਮਹਾਂਪੁਰਖ ਦਾ ਜਨਮ ਦਿਨ ਮਨਾ ਰਹੇ ਹੋ। ਮੈਂ ਇਤਿਹਾਸ ਜਦੋਂ ਪੜ੍ਹਦਾ ਤੇ ਹੈਰਾਨ ਹੋ ਜਾਂਦਾ ਹਾਂ, ਭੋਰੇ 'ਚ ਕੈਦ ਕੀਤੀਆਂ ਭੈਣਾਂ ਸੂਰਜ ਨਜ਼ਰੀ ਨਹੀਂ ਪੈ ਰਿਹਾ। ਅੱਜ ਤਾਂ ਅਸੀਂ ਨਿੱਕੀ ਨਿੱਕੀ ਗੱਲ 'ਤੇ ਡੋਲੀ ਜਾਂਦੇ ਹਾਂ, ਔਰ ਜਿੱਥੇ ਬੈਠਾ ਸਿੱਖ ਅੱਜ ਬੜੀਆਂ ਸਾਡੇ 'ਚ ਕਮਜ਼ੋਰੀਆਂ ਆ ਗਈਆਂ ਨੇ, ਸੂਰਜ ਨਜ਼ਰੀ ਨਹੀਂ ਪੈਂਦਾ। ਘਰਾਂ 'ਚੋਂ ਗ੍ਰਿਫਤਾਰ ਕਰਕੇ ਲਾਹੌਰ 'ਚ ਲਿਆਂਦੀਆਂ ਬੀਬੀਆਂ, ਜਿਹੜੀ ਭੈਣ ਦੇ ਬੱਚਾ ਹੋਣ ਵਾਲਾ ਘੱਟੋ ਘੱਟ 125 ਮਣ 150 ਮਣ ਦਾ ਪੱਥਰ ਉਹਦੀ ਛਾਤੀ ਤੇ ਰੱਖ ਦਿੱਤਾ ਜਾਂਦਾ ਹੈ। ਭੈਣੋ ਤੁਹਾਡਾ ਇਤਿਹਾਸ ਹੈ, ਸਾਡੀਆਂ ਭੈਣਾਂ ਦੇ ਸਰੀਰ ਤੇ ਛਾਤੀਆਂ ਦੇ ਪੱਥਰ ਰੱਖ ਦਿੱਤਾ ਜਾਂਦਾ ਹੈ। 125 ਮਣ ਪੱਕੇ ਛੋਲੇ ਚੜ੍ਹਦੇ ਸੂਰਜ ਨਾਲ ਪੀਣ ਵਾਸਤੇ ਅੱਗੇ ਰੱਖ ਦਿੱਤੇ ਜਾਂਦੇ ਹੈ। ਜੇ ਕਿਸੇ ਭੈਣ ਦੀ ਚੱਕੀ ਘੱਟ ਚੱਲਦੀ, ਛਪਾਈ ਕੋਰੜੇ ਲੈ ਕੇ ਫਿਰਦੇ ਨੇ, ਕੋਰੜੇ ਮਾਰ ਮਾਰ ਕੇ ਨਿਟਾਲ ਕਰ ਦਿੰਦੇ ਨੇ। ਇੱਕ ਬਾਟੀ ਪਾਣੀ ਦੀ ਪੀਣ ਵਾਸਤੇ ਮਿਲਦੀ ਹੈ, ਅੱਧੀ ਰੋਟੀ ਖਾਣ ਵਾਸਤੇ ਮਿਲਦੀ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ ਗੁਰੂ ਕੇ ਚਰਨਾਂ ਵਿੱਚ, ਤੇ ਅਸੀਂ ਉਹਨਾਂ ਮਾਤਾਵਾਂ ਨੂੰ ਯਾਦ ਕਰਦੇ ਹਾਂ, ਪੱਟੀ ਤੇ ਲਾਹੌਰ ਦੀ ਜੇਲ੍ਹ ਦੇ ਅੰਦਰ ਜਿਨ੍ਹਾਂ ਭੈਣਾਂ ਮਾਤਾਵਾਂ ਨੇ 125 ਮਣ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ, ਖੰਨੀ ਖੰਨੀ ਤੇ ਖੰਨੀ ਭਾਵ ਅੱਧੀ ਰੋਟੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ। ਇੱਥੇ ਹੀ ਬਸ ਨਹੀਂ, ਛੋਟੇ ਛੋਟੇ ਮਾਸੂਮ ਬੱਚੇ ਨੇ, ਮਾਂ ਨੂੰ ਰਜਵੀਂ ਰੋਟੀ ਨਹੀਂ ਮਿਲਦੀ ਤਾਂ ਬੱਚੇ ਨੂੰ ਦੁੱਧ ਕਿੱਥੋਂ ਦੇਣਾ। ਗੋਦੀਆਂ 'ਚ ਬੱਚੇ ਵਿਲਕਦੇ ਨੇ, ਭੁੱਖੜ ਪਾਣੇ ਨੇ, ਮਾਤਾਵਾਂ ਜਿਹੜੀਆਂ ਨੇ ਸਾਰਾ ਦਿਨ ਚੱਕੀ ਚਲਾਉਂਦੀਆਂ ਨੇ, ਲੇਕਿਨ ਚੱਕੀ ਚਲਾਉਂਦੀਆਂ ਹੋਈਆਂ ਬੱਚਿਆਂ ਦੇ ਵਿੱਚ ਉਹਨਾਂ ਨੂੰ ਸਮਝਾਉਂਦੀਆਂ ਬਜਾਉਂਦੀਆਂ ਸਾਖੀਆਂ ਇਤਿਹਾਸ ਸੁਣਾਉਂਦੀਆਂ ਹੋਈਆਂ ਮਾਸੂਮ ਜਿੰਦੜੀਆਂ ਨੂੰ ਵਰਚਾਉਂਦੀਆਂ ਨੇ। ਜਦੋਂ ਸ਼ਾਮ ਪੈ ਜਾਂਦੀ ਨੇ, ਚੱਕੀ ਤੋਂ ਵਿਹਲੀਆਂ ਹੋਈਆਂ
ਭੈਣਾਂ ਸਾਰੀਆਂ ਜੁੜ ਕੇ ਬੈਠ ਜਾਂਦੀਆਂ ਰਹਿ ਰਾਸ ਦਾ ਪਾਠ ਹੁੰਦਾ ਤੇ ਅਰਦਾਸ ਹੁੰਦੀ ਸਤਿਗੁਰੂ ਤੇਰਾ ਬਖਸ਼ਿਆ ਹੋਇਆ ਨਿਤਨੇਮ ਸੋਦਰ ਰਹਿ ਰਾਸ ਦਾ ਪਾਠ ਕੀਤਾ ਹੈ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਸਤਿਗੁਰੂ ਖਿਮਾ ਬਖਸ਼ਣੇ ਅੱਗੇ ਵਾਸਤੇ ਸੁਮਤ ਬਖਸ਼ਣੀ ਸਤਿਗੁਰੂ ਜੀ ਕਲਗੀਆਂ ਵਾਲਿਆ ਦਾਤਾ ਇੱਕ ਸਾਡੇ ਤੇ ਰਹਿਮਤ ਕਰੀ ਜ਼ਾਲਮ ਦੀ ਕੈਦ ਵਿੱਚ ਅਸੀਂ ਬੰਦ ਹਾਂ ਸਾਡਾ ਸਿੱਖੀ ਸਿਦਕ ਸਾਡੇ ਕੇਸਾਂ ਸਵਾਸਾਂ ਨਾਲ ਸਤਿਗੁਰੂ ਨਵਾ ਦੇਵੇ ਭਾਵੇਂ ਸਾਨੂੰ ਜ਼ਾਲਮ ਨੇ ਕੈਦੀ ਬਣਾਇਆ ਹੋਇਆ ਹੈ ਦੇਣੀ ਚੜ੍ਹਦਾ ਹੈ ਛੋਲੇ ਜ਼ਾਲਮਾਂ ਨੇ ਲੈ ਕੇ ਆਉਣੇ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਦੀਆਂ ਭੈਣਾਂ ਚੌਂਕੜੇ ਮਾਰ ਕੇ ਬੈਠ ਜਾਂਦੀਆਂ ਚੌਂਕੜੇ ਨਿਤਨੇਮ ਪੰਜ ਬਾਣੀਆਂ ਦਾ ਹੁੰਦਾ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਅਰਦਾਸ ਕਰਦੀਆਂ ਸਤਿਗੁਰੂ ਜੀ ਚਾਰ ਪੈਰ ਰਹਿਣ ਸੁਖਾਂ ਨਾਲ ਤੇਰੇ ਪਾਣੀ ਚ ਬਤੀਤ ਹੋ ਗਈ ਦਾਤਾ ਅੰਮ੍ਰਿਤ ਵੇਲਾ ਹੋਇਆ ਨਿਤਨੇਮ ਤੁਹਾਡਾ ਬਖਸ਼ਿਆ ਹੋਇਆ ਕੀਤਾ ਭੁੱਲ ਚੁੱਕ ਦੀ ਖਿਮਾ ਬਖਸ਼ਣੇ ਸਤਿਗੁਰੂ ਸਾਨੂੰ ਸਿੱਖੀ ਸਿਦਕ ਦੀ ਦਾਤ ਬਖਸ਼ਣੇ ਤੇਰਾ ਬਖਸ਼ਿਆ ਹੋਇਆ ਸਿੱਖੀ ਸਿਦਕ ਸਾਡੇ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਅਰਦਾਸ ਕਰਦੀਆਂ ਭੈਣਾਂ ਕੁਝ ਦਿਨ ਇਹ ਸਿਲਸਿਲਾ ਚੱਲਦਾ ਰਿਹਾ ਮੀਰ ਮਨੂ ਲਾਹੌਰ ਦਾ ਸੂਬਾ ਗਵਰਨਰ ਹੈ ਉਹ ਜੇਲ ਵਿੱਚ ਆ ਕੇ ਉਹਨੇ ਆਖਿਆ ਓਏ ਸਿੱਖ ਬੀਬੀਓ ਤੁਹਾਡੇ ਮਨ ਚ ਹੋਵੇਗਾ ਵੀ ਕਦੇ ਨਾ ਕਦੇ ਤੁਸੀਂ ਛੁੱਟ ਜਾਵਾਂਗੀਆਂ ਜਦੋਂ ਤੱਕ ਮੇਰਾ ਰਾਜ ਹੈ ਨਾ ਪੰਜਾਬ ਦੀ ਧਰਤੀ ਤੇ ਸਿੱਖ ਪੰਛੀ ਪਰ ਨਹੀਂ ਮਾਰ ਸਕਦਾ ਮਤ ਖਿਆਲ ਹੋਵੇ ਵੀ ਅਸੀਂ ਆਪੋ ਆਪਣੇ ਘਰਾਂ ਚ ਪਰਿਵਾਰਾਂ ਚ ਚਲੀਆਂ ਜਾਵਾਂਗੀਆਂ ਜੇ ਸੁਖ ਚਾਹੁੰਦੀਆਂ ਹੋਣਾ ਤੇ ਮੁਸਲਮਾਨ ਬਣਨਾ ਪਸੰਦ ਕਰ ਲਓ ਭੈਣੋ ਨਹੀਂ ਕੰਮ ਸੁਧਾਰਿਆ ਕੋਈ ਗੱਲ ਨਹੀਂ ਠੀਕ ਆ ਜਿੰਨੇ ਕੁ ਬੈਠੇ ਓਨਾ ਹੀ ਧੰਨਵਾਦ ਕਿੱਡਾ ਵੱਡਾ ਇਤਿਹਾਸ ਇਹਦੋਂ ਪਰ ਇਤਿਹਾਸ ਕੋਈ ਨਹੀਂ ਪਾਉਂਦਾ ਪਰ ਨਹੀਂ ਮਨ ਲੱਗਦਾ ਕਿਉਂਕਿ ਬੜੀ ਔਖੀ ਗੱਲ ਹੈ ਇਹ ਕੰਮ ਘੱਟ ਘੱਟ ਹੀ ਆਰਾਮ ਕੇ ਜੇ ਸਾਰੀ ਦੁਨੀਆ ਚੜ੍ਹਦੀ ਹੋਵੇ ਤਾਂ ਫਿਰ ਚੜ੍ਹ ਜਾਂਦੀ ਹੋਵੇ ਘਾਟੀ ਤੇ ਫਿਰ ਬਾਬੇ ਦੀਪ ਸਿੰਘ ਦੀ ਕੀ ਲੋੜ ਸੀ ਤਾਂ ਹੀ ਉਹਨਾਂ ਬਹਾਦਰਾਂ ਨੂੰ ਯਾਦ ਕੀਤਾ ਜਾਂਦਾ ਅਸੀਂ ਤਾਂ ਘੰਟਾ ਬਹਿ ਕੇ ਕਿਸੇ ਦੀ ਗੱਲ ਵੀ ਨਹੀਂ ਸੁਣ ਸਕਦੇ ਗੁਰੂ ਕਿਰਪਾ ਕਰੇ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਆਖਿਆ ਬੀਬੀਓ ਤੁਹਾਡੇ ਮਨਾਂ 'ਚ ਖਿਆਲ ਹੋਵੇਗਾ ਘਰੋਂ ਕਰੀ ਚਲੀਆਂ ਜਾਵਾਂਗੀਆਂ ਸਾਰੇ ਸਿੱਖ ਮੈਂ ਪੰਜਾਬ ਦੀ ਧਰਤੀ 'ਚੋਂ ਕੋਈ ਜਿਉਂਦਾ ਨਹੀਂ ਛੱਡਿਆ ਜੇ ਕੋਈ ਪਾਕੇ ਪਾਸੇ ਭੱਜ ਗਿਆ ਹੋਵੇ ਤਾਂ ਗੱਲ ਵੱਖਰੀ ਹੈ ਘਰ ਦਾ ਲਾਲਚ ਛੱਡ ਦਿਓ ਜੇ ਚਾਰ ਦਿਨ ਦੀ ਜ਼ਿੰਦਗੀ ਚਾਹੁੰਦੇ ਹੋ ਤਾਂ ਮੁਸਲਮਾਨ ਬਣ ਜਾਓ ਆਹ ਛੋਟੇ ਛੋਟੇ ਬੱਚੇ ਮੇਰੇ ਹਵਾਲੇ ਕਰ ਦਿਓ ਇਹਨਾਂ ਨੂੰ ਸੁੰਨਤ ਬਿਠਾ ਕੇ ਮੁਸਲਮਾਨ ਬਣਾ ਲਿਆ ਜਾਵੇ ਉਹਨਾਂ ਭੈਣਾਂ ਨੇ ਜਵਾਬ ਦਿੱਤਾ ਹੈਰਾਨ ਕਰ ਦੇਣ ਵਾਲਾ ਓਏ ਪਾਪੀ ਮੀਰ ਮੰਨੂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਪਿਤਾ ਦੀਆਂ ਪੁੱਤਰੀਆਂ ਹਾਂ ਪੁੱਤਰਾਂ ਦੇ ਦਾਨੀ ਗੁਰਦੇਵ ਦਾ ਅੰਮ੍ਰਿਤ ਸਾਡੀਆਂ ਰਗਾਂ ਦੇ ਵਿੱਚ ਦੀ ਲੰਘ ਚੁੱਕਾ ਹੈ ਜਾਲਮਾ ਜੋ ਕਰਨਾ ਚਾਹੁੰਦਾ ਕਰ ਲੈ ਸਿੱਖੀ ਨਹੀਂ ਛੱਡੀ ਜਾ ਸਕਦੇ ਭੈਣਾਂ ਨਿਡਰਤਾ ਨਾਲ ਜਵਾਬ ਦਿੱਤਾ ਆਖਿਆ ਵੇਖ ਲੈਨੇ ਤੁਹਾਡੀ ਸਿੱਖੀ ਜਲਾਦ ਸੱਦ ਲੈ ਜਲਾਦ ਸਿਪਾਹੀ ਕਰਮਚਾਰੀ ਤੇ ਜਲਾਦ ਹੈ ਆਰਡਰ ਕੀਤਾ ਹੁਕਮ ਹੈ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਫੜ ਲਓ ਤਾਂ ਨੂੰ ਚਲਾਓ ਯਾਰ ਉਹ ਥੱਲੇ ਨੂੰ ਆਉਣਗੇ ਨਾ ਥੱਲੇ ਤਿੱਖਾ ਨੀਜਾ ਵਰਛਾ ਢਿੱਡ ਚ ਤਸਾ ਦਿਆ ਜੇ ਔਰ ਪੁੱਠੇ ਕਰਕੇ ਨਾ ਖੱਲ ਲਾਓ ਬੱਚਿਆਂ ਦੀਆਂ ਆਂਦਰਾਂ ਕੱਢ ਕੇ ਨਾ ਮਾਵਾਂ ਦੀਆਂ ਗਲ ਚ ਪਾ ਦਿਓ ਸਿਰ ਵੱਢ ਕੇ ਇਹਨਾਂ ਦੀ ਝੋਲ ਚ ਰੱਖ ਦਿਓ
ਉਹਨਾਂ ਦੇ ਬੱਚਿਆਂ ਦੇ ਖੂਨ ਦੇ ਛੱਟੇ ਇਹਨਾਂ ਦੇ ਮੂੰਹ ਤੇ ਮਾਰੋ। ਜਲਾਦਾਂ ਨੂੰ ਤਰਸ ਨਹੀਂ ਆਇਆ, ਮਾਸੂਮ ਬੱਚੇ ਨੂੰ ਫੜਦੇ ਨੇ, ਆਕਾਸ਼ ਨੂੰ ਚਲਾਉਂਦੇ ਨੇ, ਥੱਲੇ ਡਿੱਗਦੇ ਹੋਏ ਦੀ ਛਾਤੀ ਚ ਖਾਲਸਾ ਜੀ ਨੇਜਾ ਬਰਛਾ ਧਸਾ ਦਿੱਤਾ ਜਾਂਦਾ ਹੈ। ਤੜਫਦੇ ਹੋਏ ਬੱਚੇ ਦੀਆਂ ਸਿਰ ਵੱਢ ਕੇ ਮਾਂ ਦੀ ਚੋਹਲੀ ਚ ਰੱਖ ਦਿੱਤਾ, ਉਹਦਾ ਤੜਫਦੇ ਹੋਏ ਦਾ ਖੂਨ ਲਿਆ, ਮੂੰਹ ਤੇ ਛੱਟੇ ਮਾਰੇ। ਆਖਿਆ ਕੌਮ ਦੀ ਸਿੱਖੀ ਦੀ ਗੱਲ ਕਰਨ ਵਾਲੀਏ, ਸਿੱਖੀ ਦਾ ਮਜ਼ਾ ਵੀ ਚੱਕ ਕੇ ਵੇਖ। ਬੜਾ ਦੁਖਦਾਈ ਇਤਿਹਾਸ ਹੈ ਤੁਹਾਡਾ ਮੇਰੇ ਵੀਰੋ ਤੇ ਭੈਣੋ। ਔਰ ਭੈਣਾਂ ਅਡੋਲ ਬੈਠੀਆਂ ਤੇ ਬੱਚੇ ਕੋਹ ਕੋਹ ਕੇ ਜ਼ਾਲਮਾਂ ਨੇ ਸ਼ਹੀਦ ਕਰਕੇ ਨੇਜਿਆਂ ਤੇ ਪਰੋ ਪਰੋ ਕੇ ਸ਼ਹੀਦ ਕਰ ਦਿੱਤੇ। ਉਹਨਾਂ ਦੀਆਂ ਆਂਦਰਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਚ ਪਾ ਦਿੱਤੇ ਗਏ। ਲੇਕਿਨ ਯਾਦ ਰੱਖੋ ਮੇਰੀ ਕੌਮ ਦੇ ਵੀਰੋ, ਜਿੰਨੀਆਂ ਭੈਣਾਂ ਲਾਹੌਰ ਦੀ ਧਰਤੀ ਤੇ ਕੈਦੀ ਸਨ, ਇੱਕ ਭੈਣ ਨੇ ਨਹੀਂ ਆਖਿਆ ਕਿ ਮੇਰੇ ਪੁੱਤ ਨੂੰ ਨਾ ਮਾਰੋ, ਮੈਨੂੰ ਛੱਡ ਦਿਓ, ਮੈਂ ਸਿੱਖੀ ਤੋਂ ਕੀ ਲੈਣਾ। ਬੱਚਾ ਬਿਮਾਰ ਹੁੰਦਾ ਤੇ ਡਾਕਟਰ ਕੋਲ ਲੈ ਕੇ ਜਾਂਦੀ ਹੈ ਮਾਂ, ਉਹ ਬੱਚੇ ਨੂੰ ਟੀਕਾ ਲਾਉਂਦਾ, ਡਾਕਟਰ ਦੇ ਇਲਾਜ ਵਾਸਤੇ ਟੀਕਾ ਲਾਉਂਦਾ, ਭਲੇ ਵਾਸਤੇ ਲਾਉਂਦਾ ਟੀਕਾ, ਬੱਚੇ ਨੂੰ ਲੱਗਦਾ ਤੇ ਮਾਂ ਦਰਦ ਮਹਿਸੂਸ ਕਰਦੀ ਹੈ। ਮਾਂ ਵੇਖ ਵੀ ਨਹੀਂ ਸਕਦੀ, ਮੂੰਹ ਦੂਜੇ ਬੰਨੇ ਕਰ ਲੈਂਦੀ, ਟੀਕਾ ਲੱਗਦਾ ਨਹੀਂ ਵੇਖਦੀ ਵੀ ਮੇਰੀਆਂ ਆਂਦਰਾਂ ਮੇਰੇ ਪੁੱਤਰ ਨੂੰ ਟੀਕਾ ਲੱਗ ਰਿਹਾ ਹੈ। ਕਿਹੋ ਜਿਹੇ ਮਾਵਾਂ ਦਾ ਹਿਰਦਾ ਹੋਵੇਗਾ, ਜ਼ਾਲਮਾਂ ਨੇ ਅੱਖਾਂ ਦੇ ਸਾਹਮਣੇ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ, ਇੱਕ ਭੈਣ ਨੇ ਨਹੀਂ ਆਖਿਆ ਵੀ ਮੈਂ ਸਿੱਖੀ ਤੋਂ ਕੀ ਲੈਣਾ। ਇਹ ਤੁਹਾਡਾ ਇਤਿਹਾਸ ਹੈ, ਸਿੱਖੀ ਨਹੀਂ ਛੱਡੇ। ਅੱਜ ਜਦੋਂ ਮੈਂ ਵੇਖਦਾ ਨਾ, ਮੈਂ ਰਾਤੀ ਵੀ ਵੇਖਿਆ, ਪੰਜਾਬ 'ਚ ਤਾਂ ਰੋਜ਼ ਵੇਖਦੇ ਹਾਂ, ਤੁਹਾਨੂੰ ਇਸ ਕਰਕੇ ਬਾਹਰੋਂ ਪੰਜਾਬ ਦੇ ਸਿੱਖਾਂ ਨੂੰ ਤਾਂ ਕਹੀਦਾ ਵੀ ਪੰਜਾਬ ਦਾ ਬੇੜਾ ਤਾਂ ਸਾਰੇ ਰਲ ਮਿਲ ਕੇ ਸਾਡੇ ਭਾਈਚਾਰੇ ਨੇ ਦੂਜੇ ਤੀਜੇ ਨੇ ਗਰਕ ਕਰ ਦਿੱਤਾ ਹੈ। ਬਾਹਰ ਦੀਆਂ ਸਟੇਟਾਂ ਦਾ ਸਿੱਖ ਤਗੜਾ ਸੀ, ਪਰ ਉਹ ਪੰਜਾਬ ਦੀਆਂ ਕਮਜ਼ੋਰੀਆਂ ਹੁਣ ਤੁਹਾਡੇ ਬੱਚਿਆਂ 'ਚ ਵੀ ਆਉਣੀਆਂ ਸ਼ੁਰੂ ਹੋ ਗਈਆਂ। ਸਾਡੇ ਬੱਚੇ ਵੀ ਸਿਰ ਮੁੰਨੀ ਫਿਰਦੇ ਨੇ ਔਰ ਸਿਰਾਂ 'ਤੇ ਟੋਪੀਆਂ ਪਾਈ ਫਿਰਦੇ ਨੇ, ਬੁਰਾ ਹਾਲ ਤੇ ਮੰਦੇ ਦਿਹਾੜੇ। ਇੱਕ ਭੈਣ ਨੇ ਧਰਮ ਨਹੀਂ ਛੱਡਿਆ ਖਾਲਸਾ ਜੀ, ਇੱਕ ਭੈਣ ਨੇ ਵੀ। ਅੱਜ ਅਸੀਂ ਘਰਾਂ 'ਚ ਬੈਠੇ, ਮੌਜ ਮੇਲਿਆਂ 'ਚ ਬੈਠੇ ਹਾਂ, ਧਰਮ ਨਿਭਾਉਣਾ ਸਾਡੇ ਲਈ ਔਖਾ ਹੋ ਗਿਆ ਹੈ, ਜਦੋਂ ਕਿ ਸਾਰੇ ਧਰਮਾਂ 'ਚੋਂ ਤੁਸੀਂ ਨਿਰਣਾ ਕਰਕੇ ਵੇਖ ਲਓ ਵੀ ਸਭ ਤੋਂ ਸੌਖਾ ਧਰਮ ਸਿੱਖ ਧਰਮ ਹੈ, ਸਭ ਤੋਂ ਵਧੀਆ ਤੇ ਸੁਖਾਲਾ ਧਰਮ ਸਿੱਖਾਂ ਦਾ ਧਰਮ ਹੈ। ਘਰ 'ਚ ਬਹਿ ਕੇ ਗ੍ਰਿਹਸਥ ਜੀਵਨ 'ਚ ਰਹਿ ਕੇ ਬੱਚਿਆਂ ਦੀ ਪਰਵਰਿਸ਼ ਪਾਲਣਾ ਕਰਦੇ, ਹਸਾਂਦੀਆਂ ਖਿਲੰਦੀਆਂ ਪਹਿਨਦੀਆਂ ਖਵਾਉਂਦੀਆਂ, ਵਿੱਚੇ ਹੋਵੇ ਮੁਕਤ ਹੈ। ਇੰਨੀਆਂ ਦਾਤਾਂ ਗਰੀਬ ਰਿਵਾਜ ਨੇ ਸਾਡੀ ਚੋਹਲੀ 'ਚ ਪਾਈਆਂ। 740 ਸਿੰਘ ਗ੍ਰਿਫਤਾਰ ਕੀਤੇ, 740 ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਗ੍ਰਿਫਤਾਰ ਕੀਤਾ ਨਾ ਗੁਰਦਾਸਗੜੀ ਨੰਗਲ ਵਿੱਚੋਂ, 740 ਸਿੰਘ ਬੰਨੇ ਹੋਏ, ਗੱਡੀਆਂ ਤੇ ਸਿਰ ਰੱਖੇ ਹੋਏ, 2000 ਖਿੱਲੀ ਜ਼ਾਲਮਾਂ ਨੇ ਨਾ ਮਾਰ ਕੇ ਨੇਜਿਆਂ ਤੇ ਟੰਗੀ ਹੋਈ। ਐਸਾ ਮਾਤਮੀ ਜਲੂਸ ਸਾਡਾ ਕੱਢਿਆ ਔਰ ਇਹੀ ਲਾਹੌਰ ਦਾ ਜਿਹੜਾ ਬਾਅਦ 'ਚ ਸੂਬਾ ਬਣਿਆ, ਅਬਦੁਲ ਸਮੁੰਦ ਖਾਂ ਉਦੋਂ ਸੂਬਾ ਸੀ, ਇਹਦਾ ਪੁੱਤਰ ਖਾਨ ਬਹਾਦਰ ਨੌਜਵਾਨ ਗੱਭਰੂ ਤੇ ਦੀ ਡਿਊਟੀ ਲੱਗੀ ਵੀ ਤੂੰ ਇਹਨਾਂ ਨੂੰ ਲੈ ਕੇ ਨਾ ਹਿੰਦੁਸਤਾਨ ਦਾ ਫਰਕਸੀਅਰ ਬਾਦਸ਼ਾਹ ਉਹਦੇ ਪੇਸ਼ ਹੋਣਾ ਹੈ। ਗੱਡਿਆਂ ਦੇ ਉੱਪਰ ਬੰਧੇ ਹੋਏ ਸਿੱਖ 740, 2000 ਨੇਜਿਆਂ ਤੇ ਟੰਗੀ ਹੋਈ ਮਰੀ ਬਿੱਲੀ, ਸਾਡੇ ਸਿਰ ਟੰਗੇ ਹੋਏ ਜ਼ਾਲਮਾਂ ਨੇ, ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਕਤਲਗਾਹ ਵਿੱਚ ਲਿਜਾਇਆ। ਇਤਿਹਾਸ ਲੰਬਾ, ਮੈਂ ਹੋਰ ਵੀ ਬੇਨਤੀਆਂ ਕਰਨੀਆਂ ਨੇ। ਚੜ੍ਹਦੇ ਸੂਰਜ ਫਰਕਸਰ ਨੇ ਆਖਿਆ 100 ਸਿੰਘ ਦਾ ਕਤਲ ਨਾ ਕਤਲਗਾਹ ਵਿੱਚ ਲਿਜਾ ਕੇ ਕਰ ਦਿੱਤਾ ਜਾਵੇ।
ਚੜ੍ਹਦੇ ਸੂਰਜ 100 ਸਿੰਘ ਦਾ ਰੋਜ਼ ਕਤਲ ਕੀਤਾ ਜਾਂਦਾ ਸੀ। 740 ਸਿੰਘਾਂ ਵਿੱਚੋਂ ਇੱਕ ਸਿੰਘ ਨੇ ਨਹੀਂ ਆਖਿਆ ਵੀ ਮੈਨੂੰ ਮੁਆਫ ਕਰ ਦਿਓ, ਮੈਂ ਰੋਮਾਂ ਦੀ ਬੇਅਦਬੀ ਕਰ ਲੈਣਾ, ਮੈਂ ਜੂੜਾ ਘਟਾ ਲੈਣਾ, ਮੈਂ ਸਿੱਖੀ ਤੋਂ ਕੀ ਲੈਣਾ, ਮੈਨੂੰ ਨਾ ਮਾਰਿਓ। 740 ਵਿੱਚੋਂ ਇੱਕ ਨੇ ਨਹੀਂ ਆਖਿਆ। ਇਹ ਤੁਹਾਡਾ ਇਤਿਹਾਸ ਮੈਂ ਤੁਹਾਡੇ ਸਾਹਮਣੇ ਵਿਰਲਾ ਵਿਰਲਾ ਰੱਖ ਰਿਹਾ। ਗੁਰੂ ਕੇ ਬਾਗ ਦਾ ਲੱਗਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ। ਉਸ ਮੋਰਚੇ 'ਚ ਗ੍ਰਿਫਤਾਰ ਕੀਤੇ ਹੋਏ ਸਿੱਖ ਸਾਡੇ ਬਹਾਦਰ ਸੂਰਮੇ, ਗੋਰੀਆਂ ਦਾ ਰਾਜ ਹੈ, ਉਹਨਾਂ ਦੀ ਜੇਲ੍ਹ ਬਦਲੀ ਕਰਨੀ ਹੈ ਅਤੇ ਗੱਡੀ 'ਤੇ ਕੈਦੀ ਕੀਤੇ ਹੋਏ ਵੀਰਾਂ ਨੂੰ ਲੈ ਕੇ ਲੰਘਣਾ ਹੈ। ਉਹ ਗੱਡੀ ਲੰਘਣੀ ਹੈ ਹਸਨ ਅਬਦਾਲ ਸਟੇਸ਼ਨ ਤੋਂ, ਜਿੱਥੇ ਸਾਡਾ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ। ਵਲੀ ਕੰਧਾਰੀ ਦਾ ਉਹ ਪੰਜਾ, ਵਲੀ ਪੀਰ ਪੀਰ ਪੀਰਨ ਕੋ ਗੀਰ ਕਰ ਖੈਂਚਲੀਨੋ ਪਾਣੀ, ਜਗ ਜਾਨੀ ਸੋ ਕਹਾਣੀ ਹੈ। ਦੇਖਿਓ ਪੀਰ ਗਇਓ ਪਾਣੀ, ਪਾਣੀ ਨਾ ਪਰਤ ਪਾਣੀ, ਪਾਣੀ ਪਰ ਮਾਰ ਪਾਣੀ, ਫੇਰਿਓ ਸਿਰ ਪਾਣੀ ਹੈ। ਉਹ ਵਲੀ ਕੰਧਾਰੀ ਦਾ ਚਸ਼ਮਾ ਪਾਣੀ ਦਾ ਸਤਿਗੁਰ ਨੇ ਖਿੱਚਿਆ, ਉਹਨੇ ਪੱਥਰ ਸਿੱਟਿਆ, ਹਜੇ ਉਹਨੇ ਪੰਜਾ ਲਾ ਕੇ ਪੰਜਾ ਸਾਹਿਬ ਬਣਾ ਦਿੱਤਾ। ਸ਼ਹਿਰ ਦਾ ਨਾਮ ਹਸਨ ਅਬਦਾਲ ਹੈ। ਹਜ਼ੂਰ ਸਾਹਿਬ ਜਾਂਦੇ ਹੋ, ਤਖ਼ਤ ਸਾਹਿਬ ਦਾ ਨਾਮ ਸ੍ਰੀ ਹਜ਼ੂਰ ਅਬਚਲ ਨਗਰ ਹੈ, ਲੇਕਿਨ ਸ਼ਹਿਰ ਦਾ ਨਾਮ ਨੌ ਨੱਦਾਂ ਤੋਂ ਪਿਆ ਹੈ, ਸ਼ਹਿਰ ਦਾ ਨਾਮ ਨਦੇੜ ਹੈ। ਹਸਨ ਅਬਦਾਲ ਸਟੇਸ਼ਨ ਤੋਂ ਗੱਡੀ ਨੇ ਲੰਘਣਾ, ਪਤਾ ਲੱਗਾ ਭਾਈ ਕਰਮ ਸਿੰਘ ਪ੍ਰਤਾਪ ਸਿੰਘ ਗੁਰਦੁਆਰੇ ਪੰਜਾਬ ਸਾਹਿਬ ਜੁੜੀ ਹੋਈ ਸੰਗਤ ਹੈ। ਬੇਨਤੀ ਕੀਤੀ, ਸੰਗਤ ਜੀ ਸਾਡੇ ਕੈਦੀ ਕੀਤੇ ਹੋਏ ਵੀਰ ਇੱਥੋਂ ਲੈ ਕੇ ਗੋਰਿਆਂ ਨੇ ਲੰਘਣਾ ਹੈ, ਟ੍ਰੇਨ ਵਿੱਚ ਜਾ ਰਹੇ ਨੇ, ਗੱਡੀ ਵਿੱਚ ਹੈ। ਸਾਡੇ ਮਨ ਵਿੱਚ ਪਤਾ ਨਹੀਂ ਜ਼ਿੰਦਗੀ 'ਚ ਦੁਬਾਰਾ ਜਿਉਂਦੇ ਮਿਲਣਾ ਕਿ ਨਹੀਂ ਮਿਲਣਾ। ਆਪਣੇ ਵੀਰਾਂ ਨੂੰ ਫਤਿਹ ਦੀ ਸਾਂਝ ਪਾਈਏ, ਭੁੱਖੜ ਪਾਣੇ ਵੀਰ ਨਾਲੇ ਲੰਗਰ ਛਕਾਈਏ, ਲੰਗਰ ਤਿਆਰ ਕਰੀਏ, ਗੱਡੀ ਰੋਕ ਕੇ ਨਾਲੇ ਵੀਰਾਂ ਨੂੰ ਲੰਗਰ ਛਕਾਵਾਂਗੇ। ਪਤਾ ਨਹੀਂ ਜ਼ਿੰਦਗੀ 'ਚ ਦੁਬਾਰਾ ਮੇਲ ਹੋਵੇ ਕਿ ਨਾ ਹੋਵੇ, ਆਪਣੇ ਵੀਰਾਂ ਨੂੰ ਫਤਿਹ ਦੀ ਸਾਂਝ ਪਾਵਾਂਗੇ। ਲੰਗਰ ਤਿਆਰ ਹੋ ਗਿਆ, ਭੈਣਾਂ ਪ੍ਰਸ਼ਾਦੇ ਪਕਾਉਣ ਲੱਗ ਪਈਆਂ, ਵੀਰ ਦਾਲਾਂ ਸਬਜ਼ੀਆਂ ਬਣਾਉਣ ਲੱਗ ਪਏ। ਲੰਗਰ ਤਿਆਰ ਹੋਇਆ ਤੇ ਹਸਨ ਅਬਦਾਲ ਸਟੇਸ਼ਨ ਤੇ ਲੈ ਆਉਂਦਾ। ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਵੀ 15 ਕੁ ਮਿੰਟ ਗੱਡੀ ਖੜੀ ਕਰ ਦਿਓ, ਸਾਡੇ ਵੀਰ ਆ ਰਹੇ ਨੇ, ਆਹ ਲੰਗਰ ਲੈ ਕੇ ਆਏ ਹਾਂ ਤੇ ਉਹਨਾਂ ਵੀਰਾਂ ਨੂੰ ਛਕਾਵਾਂਗੇ, ਨਾਲੇ ਅਸੀਂ ਫਤਿਹ ਦੀ ਸਾਂਝ ਪਾਵਾਂਗੇ। 15 ਮਿੰਟ ਗੱਡੀ ਸਾਡੀ ਬੇਨਤੀ ਪ੍ਰਵਾਨ ਕਰ ਲਓ ਤੇ ਰੋਕ ਲਓ। ਸਟੇਸ਼ਨ ਮਾਸਟਰ ਨੇ ਜਵਾਬ ਦਿੱਤਾ ਵੀ ਇੱਥੇ ਗੱਡੀ ਨਹੀਂ ਰੁਕ ਸਕਦੇ। ਬੜਾ ਪੰਥ ਨੇ ਆਖਿਆ ਨਹੀਂ ਕਿਸੇ ਨੇ ਸੁਣੀ, ਤੇ ਉਹਨਾਂ ਆਖਿਆ ਕੋਈ ਗੱਲ ਨਹੀਂ, ਸਿੱਖ ਬਹਾਦਰ ਸੂਰਮੇ ਧਰਨਾ ਲਾ ਕੇ ਰੇਲ ਦੀ ਪਟੜੀ ਤੇ ਬੈਠ ਗਏ। ਆਈ ਹੋਈ ਟ੍ਰੇਨ ਹੁਣ ਭਰਾਵਾਂ ਦੀ ਸਾਡੇ ਉੱਤੋਂ ਦੀ ਲੰਘ ਕੇ ਜਾਵੇਗੀ, ਪਾਸੇ ਨਹੀਂ ਹਟਾਂਗੇ, ਜਾਂ ਟ੍ਰੇਨ ਰੁਕੇਗੀ ਜਾਂ ਖਾਲਸਾ ਸ਼ਹੀਦੀ ਪਾਵੇਗਾ। ਪੇਂਡੂ ਬੀਬੀ ਟਾਂਗੇ ਦੇ ਉੱਪਰ ਆਈ, ਸ਼ਹਿਰ ਵਿੱਚ ਬਿਮਾਰ ਬੱਚਾ, ਸਾਲਕ ਦਾ ਕੁੱਛੜ ਚੁੱਕਿਆ ਹੋਇਆ, ਡਾਕਟਰ ਕੋਲ ਦਵਾਈ ਲੈਣ ਵਾਸਤੇ ਆ ਗਈ, ਟਾਂਗੇ ਤੇ ਆਈ। ਅੱਡੇ ਤੇ ਜਦੋਂ ਟਾਂਗੇ ਤੋਂ ਉਤਰੀ ਤੇ ਕਿਸੇ ਨੇ ਦੱਸਤਾ ਵੀ ਤੁਹਾਡੇ ਸਿੱਖਾਂ ਨੇ ਨਾ ਮੋਰਚਾ ਲਾਇਆ ਹੋਇਆ ਸਟੇਸ਼ਨ ਤੇ। ਬਿਮਾਰ ਬੱਚੇ ਦੀ ਪਰਵਾਹ ਨਹੀਂ ਕੀਤੀ, ਮੇਰੀ ਇਹ ਕੌਮ ਦੀ ਉਹ ਧੀਓ ਤੇ ਭੈਣੋ, ਬਿਮਾਰ ਬੱਚੇ ਦੀ ਭੈਣ ਨੇ ਪਰਵਾਹ ਨਹੀਂ ਕੀਤੀ। ਡਾਕਟਰ ਕੋਲ ਜਾਣ ਦੀ ਬਜਾਏ ਹਸਨ ਅਬਦਾਲ ਸਟੇਸ਼ਨ ਤੇ ਜਾ ਪਹੁੰਚੀ, ਵੀਰ ਬੈਠੇ ਨੇ ਪਟੜੀਆਂ ਦੇ ਉੱਪਰ, ਭੈਣ ਵੀ ਕੁਛੜ ਬੱਚਾ ਚੁੱਕਿਆ ਬਿਮਾਰ, ਵੀਰਾਂ ਦੇ ਨਾਲ ਪਟੜੀ ਤੇ ਜਾ ਬੈਠੇ। ਵੀਰ ਕਰਮ ਸਿੰਘ ਪ੍ਰਤਾਪ ਸਿੰਘ ਨੇ ਹੱਥ ਜੋੜੇ, ਭੈਣ ਅਸੀਂ ਵੀਰ ਜੀ ਕੁਰਬਾਨੀਆਂ ਕਰਨ ਵਾਲੇ ਬੈਠੇ, ਤੂੰ ਭੈਣਾਂ ਪਾਸੇ ਹੋ ਕੇ ਬੈਠ ਗਿਆ। ਜਵਾਬ ਦਿੱਤਾ ਭੈਣ ਨੇ, ਮੇਰੇ ਜਿਉਣ ਜੋਗਿਓ ਵੀਰੋ, ਤੁਸੀਂ ਕੋਈ ਵੱਖਰਾ ਮਰ ਸਕਿਆ? ਇੱਕ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਇੱਕ ਧਰਮ ਦੀ ਮਾਂ ਸਾਹਿਬ ਕੌਰ ਹੈ,
ਇੱਕੋ ਖੰਡਾ ਇੱਕੋ ਬਾਟਾ ਇੱਕੋ ਹੀ ਪੰਜ ਬਾਣੀਆਂ ਦਾ ਨਿਤਨੇਮ। ਜਦੋਂ ਦਾਤੇ ਨੇ ਵਖਰੇਵਾਂ ਨਹੀਂ ਕੋਈ ਛੱਡਿਆ, ਅੰਮ੍ਰਿਤ ਦੀ ਦਾਤ ਦੇਣ ਲੱਗਿਆ, ਕੁਰਬਾਨੀਆਂ ਵੇਲੇ ਕਿਉਂ ਵਖਰੇਵਾਂ? ਜੇ ਵੀਰ ਸ਼ਹੀਦ ਹੋਣਗੇ ਤੇ ਵੀਰੋ ਮੈਂ ਤੁਹਾਡੇ ਨਾਲ ਭੈਣ ਵੀ ਸ਼ਹੀਦ ਹੋਵਾਂਗੇ। ਵੀਰ ਕਰਮ ਸਿੰਘ ਪ੍ਰਤਾਪ ਸਿੰਘ ਨੇ ਦੂਜੀ ਵਾਰ ਤਰਲਾ ਲਿਆ, ਭੈਣ ਜੇ ਤੂੰ ਸਾਡੇ ਨਾਲ ਸ਼ਹੀਦ ਹੋਣਾ ਹੀ ਕਿਉਂ ਨਹੀਂ ਹੈ? ਆਹ ਮਾਸੂਮ ਜਿੰਦੜੀ ਬਿਮਾਰ ਬੱਚਾ ਤੇ ਕਿਸੇ ਦੇ ਹਵਾਲੇ ਕਰਦੇ, ਕਿਸੇ ਨੂੰ ਫੜਾ ਦੇ। ਜੋ ਜਵਾਬ ਭੈਣ ਨੇ ਦਿੱਤਾ ਹੈਰਾਨ ਕਰ ਦਿੱਤਾ, ਮੇਰੇ ਵੀਰੋ ਇਹ ਮਾਸੂਮ ਜਿੰਦੜੀ ਮੇਰਾ ਬਿਮਾਰ ਬੱਚਾ ਹੈ, ਮੈਂ ਕਿਸੇ ਦੇ ਹਵਾਲੇ ਕਰ ਦੇਵਾਂ, ਇਹ ਮੁਸਲਮਾਨਾਂ ਦੇ ਹੱਥ ਆ ਗਿਆ, ਉਹਨਾਂ ਨੇ ਘਰ 'ਚ ਪਲਿਆ, ਮੂੰਹ 'ਤੇ ਦਾੜੀ ਆਵੇਗੀ ਮੁੰਨ ਲਵੇਗਾ, ਸਿਰ 'ਤੇ ਜੂੜਾ ਮੁੰਨ ਲਵੇਗਾ, ਸੁੰਨਤ ਬੈਠ ਜਾਵੇਗਾ, ਇਹ ਭਲ ਕੇ ਮੁਸਲਮਾਨ ਬਣ ਗਿਆ, ਮੈਂ ਜਾਵਾਂਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ, ਧਰਮੀ ਪਿਤਾ ਸਤਿਗੁਰੂ ਦੇ ਅੱਗੇ ਕੀ ਮੂੰਹ ਵਿਖਾਵਾਂਗੇ। ਤੇਰਾ ਪੁੱਤਰ ਸਿੱਖੀ ਨੂੰ ਕਲੰਕਿਤ ਕਰ ਗਿਆ, ਜਿੱਥੇ ਮੈਂ ਸ਼ਹੀਦ ਹੋਵਾਂਗੀ ਉੱਥੇ ਮੇਰਾ ਪੁੱਤਰ ਵੀ ਸ਼ਹੀਦ ਹੋਵੇਗਾ। ਐਵੇਂ ਨਹੀਂ ਤੁਹਾਡੀਆਂ ਅਰਦਾਸਾਂ ਬਣੀਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ, ਦੇਗਾਂ ਵਿੱਚ ਉਬਾਲੇ ਗਏ, ਪੱਠੀਆਂ ਵਿੱਚ ਝੋਕੇ ਗਏ, ਕੀਮਾ ਕੀਮਾ ਕੀਤੇ ਗਏ, ਘੋੜੇ ਨਾਲ ਟਾਪਾਂ ਹੇਠ ਉਤਾਰੇ ਗਏ, ਜੰਡਾ ਨਾਲ ਬੰਨ ਕੇ ਸਾੜੇ ਗਏ, ਪੱਟੀ ਤੇ ਲਾਹੌਰ ਦੀ ਗੇੜ 'ਚ ਭੈਣਾਂ ਸਵਾ ਸਵਾ ਮਨ ਦੇ ਪੀਸਰੇ ਪੀਸਰੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜਾ ਟੁਕੜਾ ਕਰਵਾ ਕੇ ਝੋਲੀਆਂ 'ਚ ਹਾਰ ਪਰੋ ਕੇ ਪਵਾ ਲਿਆ। ਪਤੀਵਰਤਾ ਧਰਮ ਨਹੀਂ ਹਾਰਿਆ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਸਾਡਾ ਇਤਿਹਾਸ ਹੈ। ਹੁਣ ਮੈਂ ਬੇਨਤੀ ਕਰਾਂ ਕੌਮ ਦਾ ਮਹਾਨ ਬਹਾਦਰ ਸੂਰਮਾ ਬਾਬਾ ਦੀਪ ਸਿੰਘ ਸਾਹਿਬ, ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਮਤ ਹੋਈ, ਗੁਰਸਿੱਖ ਪਰਿਵਾਰ ਦੇ ਵਿੱਚ ਜਨਮ ਹੋਇਆ, ਪਰ ਜਵਾਨੀ ਦੀ ਅਵਸਥਾ ਤੱਕ ਬਾਬਾ ਜੀ ਨਿਤਨੇਮੀ ਔਰ ਘੋੜ ਸਵਾਰੀ ਦੇ ਮਾਹਰ ਬਣ ਚੁੱਕੇ ਸੀ ਬਾਬਾ ਜੀ। ਪਰਿਵਾਰ ਸਮੇਤ ਜਾ ਕੇ, ਆਪਣੇ ਮਾਤਾ ਪਿਤਾ ਸਮੇਤ ਜਾ ਕੇ ਆਨੰਦਪੁਰ ਦੀ ਧਰਤੀ ਤੇ ਖੰਡੇ ਬਾੜ ਦਾ ਅੰਮ੍ਰਿਤ ਛਕਿਆ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅੰਮ੍ਰਿਤ ਛਕ ਕੇ ਦੀਪ ਸਿੰਘ ਬਣ ਗਿਆ, ਘਰ ਪਰਿਵਾਰ 'ਚ ਰਹਿਣ ਲੱਗੇ, ਕਿਤੇ ਕਿਤੇ ਆਪਣੀਆਂ ਮੁਹਿੰਮਾਂ ਵਿੱਚ, ਸਿੱਖ ਪੰਥ ਦੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲਾ ਹੋਇਆ ਤੇ ਨਿਤਨੇਮ ਸਵਾ ਪੈਰ ਦਾ ਤੜਕਾ ਹੈ। ਸਤਿਗੁਰੂ ਨਿਤਨੇਮ ਕਰਕੇ ਆਪਣੇ ਬੈਠੇ ਹੋਏ, ਆਪਣੇ ਆਸਣ ਤੇ ਆਪੇ ਜਪੋ, ਆਪਣਾ ਜਾਪ ਚ ਲਵਲੀਨ ਬੈਠੇ ਨੇ। ਇੱਕ ਸਿੰਘ ਕੋਲ ਦੀ ਬਾਣੀ ਪੜਦਾ ਤੁਰਿਆ ਜਾ ਰਿਹਾ ਹੈ। ਉਹਨਾਂ ਸਮਿਆਂ 'ਚ ਅੱਜ ਕੱਲ੍ਹ ਵਾਂਗ ਗੁਟਕੇ ਪੋਥੀਆਂ ਇਹ ਪ੍ਰਬੰਧ ਨਹੀਂ ਸੀ ਹੁੰਦਾ, ਇੱਕ ਦੂਜੇ ਤੋਂ ਸਿੰਘ ਬਾਣੀ ਸੁਣ ਸੁਣ ਕੇ ਕੰਠ ਕਰਦਾ ਸੀ, ਜਾਂ ਕੱਚੀਆਂ ਕਲਮਾਂ ਲਿਖ ਲਿਖ ਕੇ ਸ਼ਬਦ ਯਾਦ ਕਰਨਾ ਇਹ ਸਾਧਨ ਹੁੰਦਾ ਸੀ, ਹੋਰ ਕੋਈ ਸਾਧਨ ਨਹੀਂ। ਤੇ ਸਾਡਾ ਇੱਕ ਆਮ ਅਖਾਣ ਸੀ, ਬੋਲ ਸੀ, ਬਾਣੀ ਕੰਠ ਰੁਪਈਆ ਕੰਠ ਹੈ। ਪੈਸਾ ਉਹ ਜਿਹੜਾ ਕੰਠ ਪੱਲੇ ਹੋਵੇ ਤੇ ਬਾਣੀ ਉਹ ਜਿਹੜੀ ਕੰਠ ਹੋਵੇ, ਜੇ ਕੰਠ ਨਾ ਹੋਵੇ ਤੇ ਗੱਲ ਬਣਦੀ ਨਹੀਂ। ਤੁਸੀਂ ਹੁਣ ਵੀ ਵੇਖ ਲਓ ਕਿ ਤੜਕੇ 3:30 ਦੀ ਬੱਤੀ ਬੰਦ ਹੈ, ਤੇ ਜਿਹਨੇ ਬੱਤੀ ਨਾਲ ਹੁਣ ਨਿਤਨੇਮ ਕਰਨਾ ਉਹਦਾ ਤਾਂ ਫਿਰ ਕੰਮ ਖਤਮ ਹੋ ਗਿਆ। ਸਿੰਘ ਰਹਿੰਦੇ ਜੰਗਲਾਂ ਵਿੱਚ ਹੈ, ਤੁਹਾਡੇ ਬੀਕਾਨੇਰ ਦੇ ਜੰਗਲਾਂ ਵਿੱਚ ਰਹਿੰਦਾ ਸੀ ਪੰਥ ਹੈ, ਤੇ ਉਧਰੋਂ ਹਨੇਰਾ ਹੋ ਜਾਵੇ ਉਧਰੋਂ ਨਿਤਨੇਮ ਰਹਿ ਰਾਜ ਦਾ ਪਾਠ, ਤੀਵਾ ਬੱਤੀ ਦਾ ਪ੍ਰਬੰਧ ਕੋਈ ਨਹੀਂ, ਤੇ ਫਿਰ ਨਿਤਨੇਮ ਤਾਂ ਰਹਿ ਗਿਆ। ਵੱਧ ਤੋਂ ਵੱਧ ਸਿੰਘ ਬਾਣੀ ਕੰਠ ਕਰਦੇ ਸੀ, ਵੱਧ ਤੋਂ ਵੱਧ ਹੈ, ਇਹ ਸਾਡੀ ਪੁਰਾਤਨ ਰੋ ਰੀਤ ਸੀ, ਵੱਧ ਤੋਂ ਵੱਧ ਬਾਣੀ ਕੰਠ ਕਰਨੇ।
ਹੁਣ ਭਾਵੇਂ ਗੁਟਕੇ ਤੇ ਪੋਥੀਆਂ ਦੇ ਸਾਡੇ ਘਰਾਂ ਚ ਵਾਧੂ ਨੇ, ਗੁਰੂ ਦੀ ਕਿਰਪਾ ਹੈ, ਪਰ ਨੇਤਰੇਮ ਕਰਨ ਵਾਲਾ ਕੋਈ ਨਹੀਂ ਲੱਭਦਾ। ਅੰਮ੍ਰਿਤ ਵੇਲਾ ਕਿਸੇ ਵਿਰਲੇ ਵਿਰਲੇ ਘਰ ਵਿੱਚ ਹੈ, ਜਿੱਥੇ ਪੰਜ ਬਾਣੀਆਂ ਦਾ ਨੇਤਰੇਮ ਹੋਵੇਗਾ, ਗੁਸਤਾਖੀ ਮੁਆਫ ਕਰੋ, ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਪੰਜ ਬਾਣੀਆਂ ਤੇ ਜਾਂ ਸ਼ਾਮ ਨੂੰ ਸੋਦਰ ਦਾ ਨੇਤਰੇਮ ਹੁੰਦਾ ਹੋਗਾ। ਪੋਟਿਆਂ ਦੇ ਗਿਣੇ ਜਾਣ ਜੋਗੀਆਂ ਭੈਣਾਂ ਹੋਣਗੀਆਂ, ਵੀਰ ਹੋਣਗੇ, ਸਾਧਨ ਬੜੇ ਨੇ ਗੁਟਕੇ ਪੋਥੀਆਂ ਦਾ। ਅੱਜ ਕੋਈ ਕਮੀ ਕਿਸੇ ਗੱਲ ਦੀ ਨਹੀਂ, ਕਮੀ ਇਸ ਗੱਲ ਦੀ ਹੈ ਕਿ ਉਹਨਾਂ ਗੁਟਕਿਆਂ ਨੂੰ ਪੜ੍ਹਨ ਵਾਲਾ ਨਹੀਂ ਕੋਈ ਮਿਲ ਰਿਹਾ। ਪੁਰਾਣੇ ਸਮੇਂ 'ਚ ਨੇਤਨੇਮੀ ਸਿੰਘ ਹੈ, ਸਿੰਘ ਬਾਣੀ ਪੜ੍ਹਦਾ ਜਾ ਰਿਹਾ, ਉਹ ਦੱਖਣੀ ਓਅੰਕਾਰ ਸ਼ੁਰੂ ਕੀਤੀ ਤੇ ਦੂਜੀ ਪੌੜੀ ਤੇ ਪਹੁੰਚਿਆ ਤੇ ਉਹਦੇ ਮੂੰਹ ਵਿੱਚ ਤੋਕ ਆਈ, ਕਰਤੇ ਕੀ ਨਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਪਾਠ ਹੈ। ਉਹ ਕਹਿੰਦਾ ਵੀ ਕੇ ਜਾਣੇ ਗੁਰਸੂਰਾ। ਕਲਗੀਧਰ ਦੇ ਕੰਨੀ ਆਵਾਜ਼ ਪਈ, ਆਖਿਆ ਸਿੰਘਾ ਬਾਣੀ ਸੋਧ ਕੇ ਪੜ੍ਹ, ਨਹੀਂ ਸੁਣਿਆ। ਦੂਜੀ ਵਾਰ ਆਵਾਜ਼ ਮਾਰੀ, ਸਿੰਘਾ ਬਾਣੀ ਸੋਧ ਕੇ ਪੜ੍ਹ, ਨਹੀਂ ਸੁਣਿਆ। ਤੀਜੀ ਵਾਰ, ਨਹੀਂ ਗੁਰਦੇਵ ਦਾ ਬਚਨ ਸੁਣਿਆ। ਕੋਲ ਖਲੋਤਾ ਸੀ ਭਾਈ ਆਲਮ ਸਿੰਘ, ਸਤਿਗੁਰੂ ਕਹਿਣਗੇ ਆਲਮ ਸਿੰਘ, ਇਹਦੇ ਮੂੰਹ ਤੇ ਚਪੇੜਾ ਮਾਰ ਕੇ ਆਇਆ। ਉਹ ਭਾਈ ਆਲਮ ਸਿੰਘ ਗੁਰਵਈ ਗਿਆ, ਉਹਨੇ ਦੋ ਚਪੇੜਾ ਕੱਢ ਮਾਰੀਆਂ ਤੇ ਭੱਜ ਕੇ ਸਤਿਗੁਰਾਂ ਕੋਲ ਆ ਗਿਆ। ਸਿੰਘ ਨੇਤਰੇਮ ਕਰਦਾ ਰਿਹਾ, ਦਿਨ ਚੜ੍ਹਿਆ, ਗੁਰੂ ਦਾ ਦਰਬਾਰ ਸਜਿਆ ਤੇ ਸਜੇ ਹੋਏ ਦਰਬਾਰ 'ਚ ਸਤਿਗੁਰੂ ਬੈਠੇ ਨੇ, ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਤੇ ਸੋਭਾ ਪਾ ਰਹੇ ਨੇ। ਸਿੱਖ ਨੇ ਉੱਠ ਕੇ ਬੇਨਤੀ ਕੀਤੀ, ਦਾਤਾ ਤੁਸੀਂ ਸਾਨੂੰ ਉਪਦੇਸ਼ ਦਿੰਦੇ ਹੋ ਕਿ ਧੁਰ ਕੀ ਬਾਣੀ ਪੜ੍ਹੋ, ਜਮਦੂਤਾਂ ਦੀ ਕੁੱਟ ਮਾਰ ਤੋਂ ਵੀ ਬਚਾਵੇਗੀ, ਇੱਥੇ ਵੀ ਸਹਾਇਤਾ ਕਰੇਗੀ ਤੇ ਉੱਥੇ ਵੀ ਕਰੇਗੀ। ਤੁਹਾਡਾ ਦਰਬਾਰ, ਤੁਹਾਡੀ ਸੰਗਤ, ਤੁਹਾਡਾ ਗੁਰਵਈ ਤੇ ਮੈਂ ਨੇਤਰੇਮ ਕਰ ਰਿਹਾ। ਇਹ ਜਾ ਕੇ ਨੇਤਰੇਮ ਕਰਦੇ ਤੇ ਮੂੰਹ ਤੇ ਚਪੇੜਾ ਮਾਰਦਾ, ਸਤਿਗੁਰੂ ਦਾ ਕੀ ਕਾਰਨ ਹੈ? ਸਤਿਗੁਰੂ ਕਹਿਣਗੇ ਸਿੰਘਾਂ ਅਸੀਂ ਦੱਸਦੇ ਹਾਂ, ਦਸ ਸਿੰਘਾਂ ਕਿਸੇ ਦੇ ਅੰਗ ਕੱਟੀਏ ਵੱਢੀਏ ਉਹਨੂੰ ਪੀੜ ਜ਼ਿਆਦਾ ਹੁੰਦੀ ਕਿ ਚਪੇੜਾਂ ਵੱਜਣ ਵਾਲੇ ਨੂੰ? ਕਹਿੰਦੇ ਜੀ ਅੰਗ ਵੱਢਣ ਵਾਲੇ ਨੂੰ ਜ਼ਿਆਦਾ ਦਰਦ ਹੁੰਦੀ ਹੈ। ਸਤਿਗੁਰੂ ਕਹਿਣਗੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਧੁਰ ਕੀ ਬਾਣੀ ਗੁਰੂ ਨਾਨਕ ਦਾ ਹਿਰਦਾ ਹੈ। ਇੱਕ ਇੱਕ ਅੱਖਰ ਅੱਖਰ ਵੀ ਸਾਡਾ ਜਿਹੜਾ ਗੁਰਬਾਣੀ 'ਚ ਸਾਡਾ ਸਰੂਪ ਹੈ, ਇਹ ਸਾਡੇ ਅੰਗ ਪ੍ਰਤੰਗ ਨੇ। ਸਿੰਘਾਂ ਤੋਂ ਕਿੱਡਾ ਗਲਤ ਪੜ੍ਹ ਰਿਹਾ ਸੀ, ਪੜ੍ਹ ਤੋਂ ਅੰਮ੍ਰਿਤ ਵੇਲੇ ਵਾਲੀ ਜਦੋਂ ਪੜ੍ਹੀ ਜਿਵੇਂ ਆਉਂਦੀ ਉਹਨੂੰ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਵੀ ਸਾਰਾ ਕੇ ਜਾਣੇ ਗੁਰਸੂਰਾ। ਸਤਿਗੁਰੂ ਕਹਿਣਗੇ ਕਿੱਡਾ ਵੱਡਾ ਅਨਰਥ, ਕਿੱਡਾ ਤੂੰ ਗਲਤ ਪੜ੍ਹ ਰਿਹਾ ਸੀ। ਇਹਦਾ ਭਾਵ ਬਣਿਆ ਵੀ ਕਰਤੇ ਦੀ ਮਰਿਆਦਾ ਨੂੰ ਕਰਤਾ ਜਾਣਦਾ, ਗੁਰੂ ਸੂਰਮਾ ਕੀ ਜਾਣ ਸਕਦਾ ਹੈ? ਤੇ ਜੇ ਗੁਰੂ ਸੂਰਮਾ ਜਾਣਦਾ ਹੀ ਨਹੀਂ ਤੇ ਗੁਰੂ ਸਮਰੱਥ ਕਿਵੇਂ ਹੋ ਸਕਦਾ ਹੈ? ਇਹਦਾ ਭਾਵ ਹੈ ਕਿ ਕਹਿ ਜਾਣਿਆ ਗੁਰਸੂਰਾ, ਗੁਰੂ ਦੀ ਮਰਿਆਦਾ ਨੂੰ, ਨਿਰੰਕਾਰ ਦੀ ਮਰਿਆਦਾ ਨੂੰ ਮੇਰਾ ਵਾਹਿਗੁਰੂ ਜਾਣਦਾ ਹੈ। ਕਹਿ ਦਾ ਭਾਵ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਤੂੰ ਇੰਨਾ ਅਰਥ ਦਾ ਅਨਰਥ ਕਰਕੇ ਪੜ੍ਹ ਰਿਹਾ ਸੀ, ਤੈਨੂੰ ਤਿੰਨ ਆਵਾਜ਼ਾਂ ਮਾਰੀਆਂ ਤੂੰ ਨਹੀਂ ਸੁਣੀਆਂ, ਤਾਂ ਅਸੀਂ ਆਲਮ ਸਿੰਘ ਨੂੰ ਭੇਜਿਆ ਮੂੰਹ ਤੇ ਚਪੇੜਾ ਮਾਰਨ ਵਾਸਤੇ। ਹੱਥ ਜੁੜ ਗਏ, ਭਾਈ ਦਇਆ ਸਿੰਘ ਜੀ ਚੌਰ ਕਰ ਰਹੇ ਸਨ, ਉਹਨਾਂ ਨੇ ਅੱਗੇ ਵਧੇ ਤੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਤਾਂ ਫਿਰ ਜਿਵੇਂ ਆਉਂਦਾ ਉਤਰੇ ਪੜ੍ਹੀ ਜਾਂਦੇ ਤਾਂ ਬਹੁਤ ਅਨਰਥ ਹੁੰਦਾ ਹੈ, ਪਾਪਾਂ ਦੇ ਭਾਗੀ ਵੀ ਬਣੀ ਰਹੇ, ਕਿਰਪਾ ਕਰੋ ਤੇ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਓ, ਸਾਰੀ ਬਾਣੀ ਸਾਨੂੰ ਅਰਥ ਪੜਾਓ, ਸਾਨੂੰ ਸਮਝ ਲੱਗੇ ਕਿ ਇਹਦਾ ਆਹ ਅਰਥਾਂ ਦਾ ਮਾਇਨਾ ਹੈ। ਕਲਗੀਧਰ ਸਤਿਗੁਰੂ ਕਹਿਣਗੇ ਪਿਆਰੇ ਦਇਆ ਸਿੰਘਾ ਕੁਝ ਸਮਾਂ ਠਹਿਰੋ, ਜੰਗਾਂ ਯੁੱਧਾਂ ਦਾ ਸਮਾਂ ਹੈ, ਫਿਰ ਤੁਹਾਨੂੰ ਪੜ੍ਹਾਵਾਂਗੇ, ਜਦੋਂ ਵਿਹਲੇ ਹੋ ਗਏ ਫਿਰ ਪੜ੍ਹਾਵਾਂਗੇ। ਸਮਾਂ ਚੱਲਦਾ ਰਿਹਾ, ਜੰਗਾਂ ਹੋਈਆਂ, ਹਜ਼ੂਰ ਸੱਚੇ ਪਾਤਸ਼ਾਹ ਦੀ ਆਖਰੀ ਜੰਗ, ਆ ਮਾਲਵੇ ਦੀ ਧਰਤੀ, 40 ਮੁਕਤਿਆਂ ਦਾ ਸਥਾਨ ਸ੍ਰੀ ਮੁਕਤਸਰ ਸਾਹਿਬ ਹੈ, ਖਿਦਰਾਣਾ ਘਰ ਮੁਕਤਸਰ, ਮੁਕਤ ਮੁਕਤ ਸਭ ਕੀਨ ਹੋਏ, ਸਾਬਤ ਜੂਜੋ ਜਬੈ ਵਡੋ ਮਰਤਵੋ ਲੀਨ ਹੈ।
ਉਹ ਖਦਰਾਣੀ ਢਾਬ ਤੇ ਜੰਗ ਕੀਤਾ, ਸਤਿਗੁਰੂ ਦਮਦਮਾ ਸਾਹਿਬ ਪਹੁੰਚੇ, ਲੜਾਈ ਦਾ ਕਮਰ ਕੱਸਾ ਖੋਲ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ, ਪਿਆਰੇ ਦਇਆ ਸਿੰਘ ਸਾਰੇ ਸਿੰਘਾਂ ਨੇ, ਸਤਿਗੁਰੂ ਤੁਸੀਂ ਵਾਅਦਾ ਕੀਤਾ ਸੀ ਅਰਥ ਪੜਾਵਾਂਗੇ, ਹੁਣ ਸਾਨੂੰ ਅਰਥ ਪੜਾਓ। ਸਤਿਗੁਰੂ ਕਹਿਣਗੇ ਠੀਕ ਹੈ ਭਾਈ, ਜਾਓ ਧੀਰ ਮੱਲ ਦੇ ਕੋਲ। ਧੰਨ ਗੁਰੂ ਅਰਜਨ ਸਾਹਿਬ ਦਾ ਸਰੂਪ ਜਿਹੜਾ ਸਤਿਗੁਰੂ ਨੇ ਲਿਖਵਾਇਆ ਸੀ 1659 ਅੰਤਲੇ ਦਿਨ ਸੀ, 60 ਦੀ ਸ਼ੁਰੂਆਤ ਹੋਣ ਵਾਲੀ ਸੀ। ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਸੀ। ਸਤਿਗੁਰੂ ਕਹਿਣ ਲੱਗੇ ਧੀਰ ਮੱਲ ਦੇ ਕੋਲੋਂ ਕਰਤਾਰਪੁਰ ਤੋਂ ਲੈ ਕੇ ਆਓ। ਬਾਬਾ ਦੀਪ ਸਿੰਘ ਨੂੰ ਡਿਊਟੀ ਲਾਈ, 24 ਸਿੰਘ ਹੋਰ ਨਾਲ ਲੈ, ਦੀਪ ਸਿੰਘ 25 ਸਿੰਘਾਂ ਦਾ ਜਥਾ, ਜਾਓ ਧੀਰ ਮੱਲ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ, ਤੁਹਾਨੂੰ ਗੁਰਬਾਣੀ ਦੇ ਅਰਥ ਪੜਾਈਏ। ਸੱਤ ਬਚਨ ਹਜ਼ੂਰ ਦੇ ਹੁਕਮ ਅੱਗੇ ਸਿਰ ਝੁਕਾਇਆ, ਬਾਬਾ ਦੀਪ ਸਿੰਘ ਸਾਥੀਆਂ ਨੂੰ ਲੈ ਕੇ ਚੱਲ ਪਏ। 25 ਸਿੰਘ ਕਰਤਾਰਪੁਰ ਸਾਹਿਬ ਗਏ, ਧੀਰ ਮੱਲ ਨੂੰ ਜਾ ਕੇ ਬੇਨਤੀ ਕੀਤੀ, ਸਤਿਗੁਰੂ ਨੇ ਭੇਜਿਆ ਅਰਥ ਪੜਾਉਣੇ ਨੇ ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਨੂੰ ਦੇ ਰਹੇ ਹੋ। ਉਹਨੇ ਆਖਿਆ ਵੱਡਿਆਂ ਦਾ ਖਜ਼ਾਨਾ ਮੇਰੇ ਕੋਲ ਹੈ, ਇਹ ਨਹੀਂ ਮੈਂ ਦੇਣਾ। ਨਾਲ ਤਰਕ ਕੀਤੀ ਵੀ ਜੇ ਗੁਰੂ ਨਾਨਕ ਦਾ ਗੁਰੂ ਅਰਜਨ ਸਾਹਿਬ ਦੇ ਸਰੂਪ ਨੇ ਦਸਵਾਂ ਤੇ ਫਿਰ ਗੁਰਬਾਣੀ ਕੰਠੋਂ ਉਚਾਰ ਲੈਣ, ਮੈਂ ਵੱਡਿਆਂ ਦਾ ਖਜ਼ਾਨਾ ਕਿਉਂ ਦੇਵਾਂ। ਬਾਬਾ ਜੀ ਨੇ ਉਹਦੀ ਨੀਤੀ ਨੂੰ ਸਮਝਦਿਆਂ ਹੋਇਆਂ ਸਿੰਘਾਂ ਨਾਲ ਲੈ ਕੇ ਵਾਪਸ ਦਮਦਮਾ ਸਾਹਿਬ ਆ ਗਏ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਧੀਰ ਮੱਲ ਨੇ ਜਵਾਬ ਵੀ ਦਿੱਤਾ, ਤਰਕ ਵੀ ਉਠਾਈ ਹੈ ਵੀ ਜੋ ਉਹ ਸਰੂਪ ਨੇ ਤੇ ਬਾਣੀ ਕੰਠੋਂ ਉਚਾਰ ਲੈਣਾ। ਸਤਿਗੁਰੂ ਮੁਸਕਰਾਏ ਤੇ ਭਾਈ ਮਨੀ ਸਿੰਘ ਕੋਲ ਬੁਲਾਇਆ, ਬਾਬਾ ਦੀਪ ਸਿੰਘ ਤੇ ਬਾਬਾ ਮਨੀ ਸਿੰਘ ਸਾਹਿਬ ਨੂੰ ਹੁਕਮ ਕੀਤਾ, ਦੀਪ ਸਿੰਘ ਕਾਗਜ਼ ਸਿਆਹੀ ਪੱਤਰਿਆਂ ਦਾ ਪ੍ਰਬੰਧ ਕਰੋ। ਭਾਈ ਮਨੀ ਸਿੰਘ ਸਾਹਿਬ ਤੁਹਾਡੀ ਲਿਖਣ ਦੀ ਡਿਊਟੀ ਹੋਵੇਗੀ, ਗੁਰਬਾਣੀ ਲਿਖਣੀ ਹੋਵੇਗੀ। ਸਤਿਗੁਰੂ ਮੇਰੀ ਉਮਰ ਵੀ ਛੋਟੀ ਹੈ ਜੇ, ਤੇ ਮੈਨੂੰ ਇਹ ਲਿਖਣਾ ਵੀ ਨਹੀਂ ਚੰਗੀ ਤਰ੍ਹਾਂ ਆਉਂਦਾ। ਸਤਿਗੁਰੂ ਕਹਿਣਗੇ ਅਗੰਮੀ ਕਲਮ ਚੱਲੇਗੀ, ਮਨੀ ਸਿੰਘਾ ਅਗੰਮੀ ਕਲਮ ਚੱਲੇਗੀ, ਇਹ ਲਿਖਣ ਦੀ ਸੇਵਾ ਤੂੰ ਕਰੇਗਾ। ਭਾਈ ਦੀਪ ਸਿੰਘ ਕਾਗਜ਼ ਪੱਤਰ ਤੇ ਸਿਆਹੀ ਕਲਮਾਂ ਇਹਦੀ ਡਿਊਟੀ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆਇਆ ਹੈ, ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਗੁਰਪੁਰਬ ਦੇ ਦਿਹਾੜੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੰਘਾਂ ਨੂੰ ਵਿੱਦਿਆ ਪੜਾਉਣੀ ਆਰੰਭ ਕੀਤੀ। ਪੜ੍ਹਨ ਵਾਲੇ ਵਿਦਿਆਰਥੀਆਂ ਜਿੱਥੇ ਬਾਬਾ ਮਨੀ ਸਿੰਘ ਬਾਬਾ ਦੀਪ ਸਿੰਘ ਉੱਥੇ ਉਹਨਾਂ ਦੇ ਨਾਲ ਹੋਰ ਵੀ 46 ਸਿੰਘ, ਕੁੱਲ ਗਿਣਤੀ ਪੜ੍ਹਨ ਵਾਲਿਆਂ ਦੀ 48 ਹੈ। ਅੰਮ੍ਰਿਤ ਵੇਲੇ ਸਤਿਗੁਰੂ ਬਾਣੀ ਲਿਖਵਾਉਂਦੇ ਨੇ, ਸਾਰੀ ਬਾਣੀ ਕੰਠੋਂ ਕਰਤਾਰਪੁਰ ਸਾਹਿਬ ਜਿਹੜਾ ਸਰੂਪ ਲਿਖਵਾਇਆ ਉਹ ਪੜ੍ਹ ਲਓ, ਜਿਹੜਾ ਹੁਣ ਸਰੂਪ ਹੈ ਸਾਰੇ ਦਮਦਮਾ ਸਾਹਿਬ ਦੇ ਸਰੂਪ ਦੇ ਉਤਾਰੇ ਨੇ ਜਿਹੜੀ ਬਾਣੀ ਕੰਠੋਂ ਲਿਖਵਾਈ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਰੰਕਾਰੀ ਸਰੂਪ, ਇੰਨੀ ਤੁਰਕੀ ਬਾਣੀ ਹਜ਼ੂਰ ਸੱਚੇ ਪਾਤਸ਼ਾਹ ਨੇ ਕੋਈ ਤਿਆਰੀ ਪਿਆਰੀ ਲੱਗ ਮਾਤਰ ਚ ਫਰਕ ਨਹੀਂ ਰਹਿਣ ਦਿੱਤਾ। ਸਾਰੀ ਤੁਰਕੀ ਬਾਣੀ 31 ਰਾਗ ਰਾਗਾਂ ਸਮੇਤ ਲਿਖਵਾ ਕੇ ਸੰਪੂਰਨਤਾਈ ਗੁਰੂ ਗ੍ਰੰਥ ਸਾਹਿਬ ਦੀ ਕੀਤੀ। 9 ਮਹੀਨੇ 9 ਦਿਨ ਦਾ 9 ਘੜੀਆਂ ਦਾ ਸਮਾਂ ਲੱਗਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਲਿਖਾਉਂਦੇ ਤੇ ਰਾਤ ਨੂੰ ਸ਼ਾਮ ਦਾ ਵੇਲਾ ਗੁਰਬਾਣੀ ਦੇ ਅਰਥ ਕਰਕੇ ਪੜ੍ਹਾਉਂਦੇ ਸਿਖਾਉਂਦੇ। ਹੁਣ ਸਰੂਪ ਦੀ ਸੰਪੂਰਨਤਾਈ ਹੋਈ, ਕਥਾ ਪੜ੍ਹਾਈ ਗਈ, 2 ਬਹਾਦਰ ਸੂਰਮਿਆਂ ਨੂੰ ਫਿਰ ਦਾਤੇ ਨੇ ਕੋਲ ਸੱਦਿਆ, ਆਖਿਆ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਤੁਹਾਡੀ ਅੱਗੇ ਡਿਊਟੀ ਲਾਉਣ ਲੱਗੇ ਹਾਂ ਸੇਵਾ ਦੇ, ਜਿਵੇਂ ਅਸੀਂ ਤੁਹਾਨੂੰ ਅਰਥ ਪੜ੍ਹਾਏ ਹੈ ਨਾ, ਤੁਸੀਂ ਕਹਾਂ ਵਿਦਿਆਰਥੀਆਂ ਨੂੰ ਅਰਥ ਪੜ੍ਹਾਉਣੇ ਨੇ, ਸੀਨਾ ਮਸੀਨਾ ਸੀ 2 ਟਕਸਾਲਾਂ 'ਚ ਲਾਉਣ ਲੱਗੇ ਹੈ, ਇਹ ਵਿਦਿਆਰਥੀਆਂ ਨੂੰ ਬ੍ਰਹਮ ਵਿੱਦਿਆ ਪੜ੍ਹਾਉਣੀ ਹੋਵੇਗੀ। ਦੀਪ ਸਿੰਘਾਂ ਤੇਰੀ ਡਿਊਟੀ ਇੱਥੇ ਲਾਉਣੇ ਹੈ, ਇਹ ਸਾਡੀ ਗੁਰੂ ਕਾਂਸ਼ੀ ਦੀ ਜਗ੍ਹਾ, ਗੁਰੂ ਕਾਂਸ਼ੀ ਦੀ ਜਗ੍ਹਾ।
ਲੋਕ ਕਾਂਸ਼ੀ ਪੜ੍ਹਨ ਜਾਂਦੇ ਨੇ, ਸਿੱਖ ਇੱਥੇ ਪੜ੍ਹਨ ਆਇਆ ਕਰਨਗੇ। ਕੋਈ ਬੈਲ ਬੁੱਧੀ ਵਾਲਾ ਵੀ ਆਵੇਗਾ ਨਾ, ਉਹਨੂੰ ਵੀ ਬ੍ਰਹਮ ਵਿੱਦਿਆ ਆਵੇਗੀ। ਭਾਈ ਮਨੀ ਸਿੰਘਾ, ਤੇਰੀ ਡਿਊਟੀ ਅੰਮ੍ਰਿਤਸਰ ਸਾਹਿਬ ਦੀ ਲਾਉਣੇ ਐ, ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰਨੀ, ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣੀ ਜਿਵੇਂ ਅਸੀਂ ਪੜ੍ਹਾਇਆ। ਦੋਹਾਂ ਹੀ ਸਿੰਘਾਂ ਨੇ ਹੱਥ ਜੋੜੇ, ਸਤਿਗੁਰੂ ਜੀ ਜਿਹੜਾ ਅੱਜ ਵਿਦੇਹ ਮੁਕਤੀ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ, ਸਾਡੇ ਇਸ ਆਨੰਦ 'ਚ ਕੋਈ ਫਰਕ ਨਾ ਪੈ ਜਾਵੇ। ਸਤਿਗੁਰਾਂ ਕਿਹਾ ਸੀ ਨਹੀਂ ਪਵੇਗਾ। ਬਾਬਾ ਦੀਪ ਸਿੰਘਾਂ, ਤੇਰਾ ਸਿਰ ਤਾਂ ਧੜ ਨਾਲ ਵੱਖਰਾ ਹੋ ਸਕਦਾ ਹੈ, ਇਸ ਆਨੰਦ 'ਚ ਫਰਕ ਨਹੀਂ ਪੈ ਸਕਦਾ। ਭਾਈ ਮਨੀ ਸਿੰਘਾਂ, ਤੇਰਾ ਬੰਦ ਬੰਦ ਕੱਟਿਆ ਜਾ ਸਕਦਾ ਸਿੰਘਾ, ਇਸ ਆਨੰਦ 'ਚ ਕਦੇ ਫਰਕ ਨਹੀਂ ਪੈ ਸਕਦਾ। ਦੋਹਾਂ ਹੀ ਬਹਾਦਰ ਸੂਰਮਿਆਂ ਨੂੰ ਵਰਦਾਨ ਦਿੱਤਾ, ਜਿਹੜਾ ਮਾਝੇ ਜਨਮਿਆ ਉਹਦੀ ਮਾਲ ਵਿੱਚ ਡਿਊਟੀ ਲਾਈ, ਜਿਹੜਾ ਮਾਲ ਵਿੱਚ ਜੰਮਿਆ ਉਹਦੀ ਮਾਝੇ 'ਚ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਦੀ ਡਿਊਟੀ ਲਾਈ, ਤਾਂ ਕਿ ਮਾਝੇ ਮਾਲ ਵਿੱਚ ਸਿੱਖ ਉਲਝਿਆ ਨਾ ਰਹਿ ਜਾਵੇ। ਪਰ ਅਸੀਂ ਇਹਨਾਂ 'ਚੋਂ ਨਿਕਲ ਨਹੀਂ ਸਕੇ, ਅਸੀਂ ਇਲਾਕਾ ਪ੍ਰਸਤੀ ਤੋਂ ਮੁਕਤ ਨਹੀਂ ਹੋ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕੁਝ ਸਮੇਂ ਬਾਅਦ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ, ਹਜ਼ੂਰ ਸੱਚੇ ਪਾਤਸ਼ਾਹ ਚੱਲੇ ਨੇ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਨੂੰ ਜਾਣ ਵਾਲੇ ਸਿੱਖਾਂ ਵਿੱਚ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਹਾਦਰ ਸੂਰਮਿਆਂ ਦੀ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹਜ਼ੂਰ ਸਾਹਿਬ ਨੂੰ ਚੱਲ ਪਈ। ਉੱਥੇ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਪਹੁੰਚੇ, ਪਹਿਲਾ ਗੁਰਦੁਆਰਾ ਸਥਾਨ ਹੈ ਗੁਰਦੁਆਰਾ ਹੀਰਾ ਘਾਟ, ਤੁਸੀਂ ਦਰਸ਼ਨ ਕੀਤੇ ਹੋਣਗੇ ਕਈਆਂ ਵੀਰਾਂ ਨੇ, ਸਾਰੇ ਗਰਾਵਰੀ ਦੇ ਕੰਢੇ ਤੇ ਇਤਿਹਾਸ ਸਥਾਨ ਹੈ ਹੀਰਾ ਘਾਟ। ਪਹਿਲਾ ਗੁਰਦੁਆਰਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤੋਂ ਪਹਿਲਾਂ ਜਾ ਕੇ ਚਰਨ ਪਾਏ। ਮਾਤਾ ਜੀ ਦਾ ਸਥਾਨ ਕੁਝ ਥੋੜ੍ਹੀ ਦੂਰੀ 'ਤੇ ਹੈ, ਮਾਤਾ ਸਾਹਿਬ ਕੌਰ ਜੀ, ਮਾਤਾ ਜੀ ਉੱਥੇ ਲੰਗਰ ਤਿਆਰ ਕਰਿਆ ਕਰਦੇ, ਵੱਖਰਿਆ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਹੈ। ਸਤਿਗੁਰੂ ਰੋਜ਼ ਲੰਗਰ ਛਾ ਕੇ ਸ਼ਿਕਾਰ ਖੇਡਣ ਚਲੇ ਜਾਂਦੇ। ਬਹਾਦਰ ਸਿੰਘ ਪਾਤਸ਼ਾਹ ਹਜ਼ੂਰ ਨੂੰ ਮਿਲਣ ਆਇਆ, ਹਜ਼ੂਰ ਸ਼ਿਕਾਰ ਖੇਡਣ ਵਾਸਤੇ ਪਹਾੜੀ ਤੇ ਚੜ੍ਹੇ। ਸਹਿਆ ਬਣਿਆ ਹੋਇਆ ਮੂਲਾ ਖੱਤਰੀ ਸਿਆਲਕੋਟ ਦਾ, ਇੱਕ ਤੀਰ ਬਖਸ਼ਿਆ ਤੇ ਬਹਿਸ਼ਤ ਨੂੰ ਭੇਜ ਦਿੱਤਾ, ਜਨਮਾਂ ਜਨਮਾਤਰਾਂ ਦੀਆਂ ਜੂਨਾਂ ਕੱਟ ਦਿੱਤੀਆਂ। ਗੁਰਦੁਆਰਾ ਸ਼ਿਕਾਰ ਘਾਟ ਬਣਿਆ ਹੋਇਆ, ਉੱਥੋਂ ਸਤਿਗੁਰੂ ਗਰੀਬ ਨਿਵਾਜ ਜੀ ਫੇਰ ਮਾਧੋ ਦਾਸ ਵਿਰਾਗੀ ਦਾ ਜਿੱਥੇ ਪੜਾਅ ਬਣਿਆ ਅੱਜ ਗੁਰਦੁਆਰਾ ਬੰਦਾ ਘਾਟ ਹੈ, ਹਜ਼ੂਰ ਇੱਥੇ ਆ ਕੇ ਦਰਸ਼ਨ ਦਿੱਤੇ। ਮਾਧੋ ਦਾਸ ਵਿਰਾਗੀ ਸਤਿਗੁਰੂ ਦੇ ਜੰਤਰ ਮੰਤਰ ਚਲਾਉਣਾ ਚਾਹੁੰਦਾ ਸੀ, ਨਹੀਂ ਚੱਲੇ, ਖੀਰ ਗੁਰਦੇਵ ਦੇ ਚਰਨ ਫੜੇ, ਅੰਮ੍ਰਿਤ ਛਕਿਆ ਤੇ ਬਾਬਾ ਬੰਦਾ ਸਿੰਘ ਬਹਾਦਰ, ਬਹਾਦਰ ਦਾ ਲਕਬ ਹਜ਼ੂਰ ਨੇ ਦਿੱਤਾ। ਸਤਿਗੁਰੂ ਨਗੀਨਾ ਘਾਟ ਆ ਕੇ ਬੈਠ ਗਿਆ, ਨਗੀਨਾ ਘਾਟ ਗੁਰਦੁਆਰਾ ਲੰਗਰ ਸਾਹਿਬ ਦੀ ਬੈਕ ਸਾਈਡ ਗੁਰਾਵਰੀ ਦੇ ਕੰਢੇ ਤੇ ਆਪਾਂ ਸਾਰੇ ਦਰਸ਼ਨ ਕਰਦੇ ਹਾਂ। ਨਗੀਨਾ ਘਾਟ ਸਤਿਗੁਰੂ ਆ ਕੇ ਬੈਠੇ, ਗਰੀਬ ਨਿਵਾਜ ਨੂੰ ਨਗੀਨਾ ਭੇਟ ਕੀਤਾ ਬਾਦਸ਼ਾਹ ਨੇ, ਨਦੀ ਵਿੱਚ ਛੱਡ ਦਿੱਤਾ, ਆਖਿਆ ਗੁਰੂ ਨੂੰ ਮੇਰੇ ਨਗੀਨੇ ਦੀ ਕਦਰ ਨਹੀਂ ਪਤਾ। ਹਜ਼ੂਰ ਕਹਿਣਗੇ ਬਾਦਸ਼ਾਹ ਛਾਕਣਾ ਕਰ ਜਾ, ਆਪਣਾ ਸਿਆਣ ਕੇ ਕੱਢ ਲੈ। ਚਲੋ ਪਾਣੀ ਚ ਭਰਿਆ, ਸਾਰੇ ਨਗੀਨੇ ਨਗੀਨੇ ਵੇਖੇ, ਜਿੱਥੇ ਅੱਜ ਤਖ਼ਤ ਬਣਿਆ ਹੋਇਆ ਨਾ ਸੰਗਤ ਜੀ ਹਜ਼ੂਰ ਸਾਹਿਬ ਦਾ, ਇਹ ਸਾਰਾ ਇਰਦ ਗਿਰਦ ਮੁਸਲਮਾਨ ਵੀਰਾਂ ਦਾ ਮਹੱਲਾ ਸੀ, ਇੱਥੇ ਸਾਰੇ ਮੁਸਲਮਾਨ ਰਹਿੰਦੇ ਸਨ, ਤੇ ਇਸ ਥਾਂ ਤੇ ਉਹਨਾਂ ਦੀ ਜਿੱਥੇ ਅੱਜ ਤਖ਼ਤ ਹੈ, ਇੱਥੇ ਮਸੀਦ ਬਣੀ ਹੋਈ ਸੀ, ਮਸਜਿਦ ਬਣੀ ਸੀ ਉਹਨਾਂ ਦੀ, ਤੇ ਇਹ ਸਾਰਾ ਇਲਾਕਾ ਉਹਨਾਂ ਮੁਸਲਮਾਨਾਂ ਦਾ ਸੀ। ਨਗੀਨਾ ਘਾਟ ਤੇ ਬੈਠਿਆ ਹਜ਼ੂਰ ਨੇ ਮੁਸਲਮਾਨ ਪ੍ਰਬੰਧਕਾਂ ਨੂੰ ਸੱਦਿਆ, ਆਖਿਆ ਵੀ ਜਿੱਥੇ ਤੁਸੀਂ ਮਸੀਦ ਬਣਾਈ ਬੈਠੇ ਹੋ ਨਾ, ਇੱਥੇ ਅਸੀਂ ਸਤਜੁਗ ਵਿੱਚ ਬੈਠ ਕੇ ਤਪ ਕੀਤਾ ਹੈ, ਸਾਡਾ ਇਹ ਅਸਥਾਨ ਹੈ ਤੇ ਸਾਡੇ ਹਵਾਲੇ ਕਰਦੇ ਹੋ। ਉਹਨਾਂ ਮੁਸਲਮਾਨਾਂ ਨੇ ਆਖਿਆ ਵੀ ਜ਼ਰੂਰੀ ਹੈ ਜਿੱਥੇ ਸਾਡੀ ਮਸੀਤ ਹੈ ਵੀ ਤੁਹਾਡਾ ਉਹ ਹੀ ਥਾਂ ਹੋਵੇ। ਸਤਿਗੁਰੂ ਕਹਿਣਗੇ ਹਾਂ, ਜੇ ਨਹੀਂ ਵਿਸ਼ਵਾਸ ਤੇ ਅਸੀਂ ਉੱਥੋਂ ਤੀਰ ਚਲਾਉਣੇ ਹੈ, ਜਿੱਥੇ ਜਾ ਕੇ ਤੀਰ ਵੱਜੇਗਾ ਨਾ ਉਹ ਸਾਡੀ ਜਗ੍ਹਾ ਹੋਵੇਗੀ। ਕਹਿਣਗੇ ਠੀਕ ਹੈ ਜੀ, ਹਜ਼ੂਰ ਚੌੜੇ ਖੱਪਰ ਵਾਲਾ ਤੀਰ
ਜਦੋਂ ਅੱਜ ਵੀ ਰਹਿ ਰਾਤ ਦਾ ਪਾਠ ਹਜ਼ੂਰ ਸਾਹਿਬ ਤੋਂ ਸੁਣਦੇ ਹੋ ਨਾ, ਮੇਰੇ ਖਿਆਲ ਤੁਹਾਡੇ ਵੀ ਆਉਂਦਾ ਹੋਣਾ, ਸਾਡੇ ਪੰਜਾਬ ਵਿੱਚ ਤਾਂ ਆਉਂਦਾ ਹੈ। ਸ਼ਾਮ ਨੂੰ ਫਿਰ ਉਹ ਦਰਸ਼ਨ ਕਰਾਉਂਦੇ ਨੇ ਸ਼ਾਇਤਰਾਂ ਦੇ, ਚੌੜੇ ਛੱਪਰ ਵਾਲਾ ਤੀਰ ਦੇ ਦਰਸ਼ਨ ਵੀ ਰੋਜ਼ ਹੁੰਦੇ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਲਾਇਆ ਤੀਰ, ਗੁੰਬਜ ਤਿੰਨ ਬਣੇ ਹੋਏ ਸਨ, ਚਾਲੇ ਗੁੰਬਜ ਤੇ ਆ ਕੇ ਵੱਜਿਆ। ਸਤਿਗੁਰੂ ਕਹਿਣਗੇ ਵੇਖ ਲਓ ਸਾਡਾ ਸਤਿਯੁਗੀ ਅਸਥਾਨ ਹੈ, ਤਪ ਅਸਥਾਨ ਹੈ ਤੇ ਸਾਡੇ ਹਵਾਲੇ ਕਰਦੇ ਹੋ। ਉਸ ਵੇਲੇ ਸਤਿਗੁਰੂ ਕਹਿਣਗੇ ਜੀ ਅਜੇ ਵਿਸ਼ਵਾਸ ਨੇ ਪੁੱਟ ਕੇ ਵੇਖੋ, ਸਾਡੀਆਂ ਨਿਸ਼ਾਨੀਆਂ ਮਿਲੀਆਂ, ਛੋਟੀ ਕਿਰਪਾਨ ਹੋਰ ਵਸਤੂਆਂ ਮਿਲੀਆਂ, ਜਿਹੜੇ ਅੱਜ ਕਿਰਪਾਨ ਦੇ ਦਰਸ਼ਨ ਵੀ ਹਜ਼ੂਰ ਸਾਹਿਬ ਤੁਸੀਂ ਕਰਦੇ ਹੋ। ਸਤਿਗੁਰੂ ਕਹਿਣਗੇ ਸਾਡਾ ਸਥਾਨ ਹੈ ਤੇ ਸਾਨੂੰ ਦੇ ਦਿਓ। ਗਰੀਬ ਨਿਵਾਜ ਨੇ ਉਹ ਥਾਂ ਲਈ ਤੇ ਉਹ ਮੁਸਲਮਾਨਾਂ ਦਾ ਜਿੰਨਾ ਏਰੀਆ ਸੀ ਉਹਦਾ ਨਾਮ ਸੀ ਅਫਜ਼ਲ ਨਗਰ, ਅਫਜ਼ਲ ਨਗਰ। ਸਤਿਗੁਰੂ ਨੇ ਉਹਨਾਂ ਸਾਰਿਆਂ ਨੂੰ ਉਠਾਇਆ। ਅੱਜ ਉਹ ਸਾਰੀ ਜ਼ਮੀਨ ਜਿੰਨੀ ਹੈ ਨੇ ਇਰਦ ਗਿਰਦ ਦੀ, ਜਿੱਥੇ ਰੇਲਵੇ ਸਟੇਸ਼ਨ ਬਣਿਆ ਅੱਧਾ ਸ਼ਹਿਰ, ਸਾਰੀ ਇਹ ਸਿੱਖਾਂ ਦੀ ਪ੍ਰੋਪਰਟੀ ਹੈ। ਇਹ ਤਖ਼ਤ ਸਾਹਿਬ ਦੀ ਜਾਇਦਾਦ ਹੈ, ਜਿੱਥੇ ਸਟੇਸ਼ਨ ਬਣਿਆ ਸਹੀਏ ਸਹੀਏ ਖੋਈ ਜਾਂਦੇ ਲਈ ਜਾਂਦੇ ਨੇ। ਸਤਿਗੁਰੂ ਗਰੀਬ ਨਿਵਾਜ ਜੀ ਇਸ ਅਸਥਾਨ ਤੇ ਜਦੋਂ ਸਮਾਂ ਆਇਆ, ਹੁਣ ਜੋਤੀ ਜੋਰ ਸਮਾਉਣਾ ਗਰੀਬ ਨਿਵਾਜ ਨੇ, ਸਮਾਂ ਆਇਆ ਜਾਣ ਕੇ ਚੰਦਨ ਦੀ ਚਿਖਾ ਤਿਆਰ ਕਰਵਾਈ। ਖਾਲਸਾ ਜੀ ਸਾਡਾ ਸਮਾਂ ਆ ਗਿਆ, ਅਸੀਂ ਜੋਤੀ ਜੋਰ ਸਮਾ ਚੱਲੇ ਹਾਂ। ਪਿਆਰੇ ਦਇਆ ਸਿੰਘ ਨੇ ਬੇਨਤੀ ਕੀਤੀ, ਮੇਰੇ ਸਤਿਗੁਰੂ ਸਾਡਾ ਕੀ ਬਣੇਗਾ? ਆਖਿਆ ਵਾ ਖਾਲਸਾ ਜੀ ਬੇਫਿਕਰ ਰਹੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਹੈ। ਜਿੱਥੇ ਨਿਸ਼ਾਨ ਸਾਹਿਬ ਥੱਲੇ ਲੱਗਾ ਨੇ, ਦੋ ਨਿਸ਼ਾਨ ਸਾਹਿਬ ਨੇ, ਇੱਕ ਉੱਪਰ ਤਖ਼ਤ ਤੇ ਲੱਗਾ ਕਿ ਥੱਲੇ ਲੱਗਾ ਹੈ, ਉਹ ਐਵੇਂ ਵਾਧੂ ਨਹੀਂ ਲਾਇਆ, ਇਸ ਯਾਦਗਾਰ ਵਜੋਂ ਲੱਗਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਇਸ ਥਾਂ ਤੇ ਦਿੱਤੀ ਸੀ। ਇੱਥੇ ਹਜ਼ੂਰ ਨੇ ਚਾਂਦਨੀ ਚੰਦੋਆ ਲਵਾਇਆ, ਸੁੰਦਰ ਚਾਨਣੀ ਤੇ ਚਾਨਣੀ ਦੇ ਥੱਲੇ ਚੰਦੋਆ ਲਵਾਇਆ। ਭਾਵੇਂ ਜਿੰਨੀ ਮਰਜ਼ੀ ਮਹਿੰਗੀ ਚਾਨਣੀ ਹੋਵੇ ਨਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਚੰਦੋਆ ਲਾਉਣਾ ਸਿੱਖ ਵਾਸਤੇ ਹੁਕਮ ਹੈ ਗੁਰੂ ਕਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ, ਪੰਜ ਸਿੰਘਾਂ ਨੂੰ ਤਾਬਿਆ ਖੜੇ ਕੀਤਾ, ਔਰ ਉਹਨਾਂ ਤਾਬਿਆਂ 'ਚ ਖੜੇ ਹੋਣ ਵਾਲਿਆਂ 'ਚ ਦੋ ਪੰਜਾਂ ਸਿੰਘਾਂ 'ਚੋਂ ਦੋ ਦਮਦਮੀ ਟਕਸਾਲ ਦੇ, ਪਹਿਲਾ ਅਤੇ ਦੂਜਾ ਦੋ ਸਿੱਖ ਹੈ। ਇਹ ਦਮਦਮੀ ਟਕਸਾਲ ਨੂੰ ਮਾਣ ਹਾਸਲ ਹੈ। ਬਾਬਾ ਦੀਪ ਸਿੰਘ ਸਾਹਿਬ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਹਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪੰਜ ਸਿੰਘਾਂ ਨੂੰ ਤਾਬਿਆ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੰਜ ਪੈਸੇ ਨਲੀਏਰ ਰੱਖਿਆ ਤੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਤੇ। ਸਾਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਥ ਨੂੰ ਲੜ ਲਾਇਆ। ਸੰਦੇਹ ਸਤਿਗੁਰੂ ਸਰੀਰ ਆਪ ਸਤਿਗੁਰੂ ਜੋਤੀ ਜੋਰ ਸਵਾਉਂਦੇ ਸੱਚਖੰਡ ਨੂੰ ਗਏ। ਕੌਮ ਦਾ ਮਹਾਨ ਪਵਿੱਤਰ ਤਖ਼ਤ ਹੈ, ਸਾਰੀਆਂ ਰਸਮਾਂ ਦੀ ਪੂਰਤੀ ਕਰਦੇ ਪੰਥ ਦੇ ਵਾਲੀ ਦੇ ਹੁਕਮ ਅੱਗੇ ਸਿਰ ਝੁਕਾਉਂਦਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ ਆਣ ਬੈਠੇ। ਮੈਂ ਰਾਤ ਨੂੰ ਬੇਨਤੀ ਕੀਤੀ, ਚਾਰ ਸਰੂਪ ਲਿਖੇ, ਚਾਰ ਸਰੂਪ ਕਦੇ ਉਹਨਾਂ ਦਾ ਸਥਾਨ ਦਰਸ਼ਨ ਕਰੋ। ਤਖ਼ਤ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਉੱਚਾ ਮੀਨਾਰ ਗੁੰਬਜ, ਔਰ ਉਸ ਥੱਲੇ ਥੱਲੇ ਕਮਰੇ ਬਣੇ ਹੋਏ ਨੇ, ਇੱਕ ਵੱਡਾ ਤੇ ਇੱਕ ਛੋਟਾ, ਜਿੱਥੇ ਬੈਠ ਕੇ ਧੁਰਕੀ ਬਾਣੀ ਦੇ ਸਰੂਪ ਲਿਖੇ ਬਾਬਾ ਜੀ ਨੇ। ਚੌਂ ਤਖ਼ਤਾਂ ਤੇ ਚਾਰ ਸਰੂਪ ਸੁਭਾਏ ਮਾਣ ਨੇ। ਜਿਹੜਾ ਸ੍ਰੀ ਅਕਾਲ ਤਖ਼ਤ ਸਰੂਪ ਸਰੂਪ ਹੈ, ਉਹ ਸ੍ਰੀ ਹਰਿਮੰਦਰ ਸਾਹਿਬ ਜਦੋਂ ਜਲਾਉ ਲੱਗਦਾ ਉਸ ਦਿਨ ਪ੍ਰਕਾਸ਼ ਕੀਤਾ ਜਾਂਦਾ, ਲਗਭਗ 2 ਕਿਲੋ ਸੋਨਾ ਲਾ ਕੇ ਉਹਦੀ ਸੋਨੇ ਦੀ ਜਿਲਦ ਹੈ। ਮੈਂ 11 ਸਾਲ ਉਹਦੀ ਸੇਵਾ ਕੀਤੀ ਹੈ, ਔਰ ਦਰਸ਼ਨ ਪੜ੍ਹਨ ਦੇ ਹੁਕਮਨਾਮਾ ਸੰਗਤ ਨੂੰ ਸੁਣਾਉਂਦਾ ਰਿਹਾ ਹੈ। ਉਹ ਪਾਵਨ ਸਰੂਪ ਦੇ ਚੌਂ ਤਖ਼ਤਾਂ ਤੇ ਚਾਰੇ ਸਰੂਪ ਸੁਭਾਏ ਮਾਣ ਹੈ। ਅਰਬੀ ਭਾਸ਼ਾ 'ਚ ਇੱਕ ਸਰੂਪ ਲਿਖਿਆ ਬਾਬਾ ਜੀ ਨੇ, ਅਰਬੀ ਭਾਸ਼ਾ 'ਚ ਅਰਬ ਕੰਟਰੀ ਦੀਆਂ ਸੰਗਤਾਂ ਵਾਸਤੇ ਅਰਬੀ ਭਾਸ਼ਾ 'ਚ ਲਿਖਿਆ। ਏਡੇ ਆਲਮ ਫਾਜ਼ਲ ਕੌਮ ਦੇ ਵਿਦਵਾਨ ਸੀ ਬਾਬਾ ਦੀਪ ਸਿੰਘ ਸਾਹਿਬ ਹੈ। ਲੇਕਿਨ ਗੁਰਬਾਣੀ ਲਿਖਣ ਵਾਲੇ ਨੇਤਰੇ ਵੀ ਮਹਾਂਪੁਰਖ ਦੇ ਕੰਨੀ ਆਵਾਜ਼ ਪਈ,
ਅੱਜ ਸਿੱਖਾਂ ਦਾ ਹਰਿਮੰਦਰ ਸਾਹਿਬ ਸਰੋਵਰ ਪੂਰਿਆ ਜਾ ਰਿਹਾ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਚੱਟ ਉਸਲੇ ਕਲਮ ਰੱਖ ਦਿੱਤੀ ਹੈ, ਤੁਰਕੀ ਬਾਣੀ ਨੂੰ ਮੱਥਾ ਟੇਕ ਕੇ ਅਰਦਾਸ ਕਰਦੇ ਹਾਂ, ਸਾਡੇ ਜਿਉਂਦੇ ਜੀ ਹਰਿਮੰਦਰ ਸਾਹਿਬ, ਸਿੱਖਾਂ ਦੀ ਰੀੜ ਦੀ ਹੱਡੀ ਮੱਕਾ ਮਦੀਨਾ ਹਰਿਮੰਦਰ ਹੈ, ਮੁਸਲਮਾਨਾਂ ਨੂੰ ਮੱਕੇ ਤੋਂ ਪਰੇ ਕੋਈ ਥਾਂ ਨਹੀਂ, ਸਿੱਖਾਂ ਨੂੰ ਹਰਿਮੰਦਰ ਸਾਹਿਬ ਤੋਂ ਪਰੇ ਕੋਈ ਥਾਂ ਨਹੀਂ। ਬਾਬਾ ਜੀ ਨੂੰ ਪਤਾ ਲੱਗਾ, ਕੱਚੇ 18 ਸੇਰ ਦਾ ਖੰਡਾ ਲੈ ਲਿਆ, ਅਰਦਾਸਾ ਸੋਧ ਲਿਆ, ਉਹ ਖਾਲਸਾ ਜੀ ਜਿਹਨੇ ਮੇਰੇ ਨਾਲ ਤੁਰਨਾ ਹੈ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਾ, ਮਾਝੇ ਨੂੰ ਆਏ, ਮਾਝੇ ਦੀਆਂ ਸੰਗਤਾਂ ਨੂੰ ਪਤਾ ਲੱਗਾ, ਜਥਾ ਵੱਧਦਾ ਗਿਆ ਤੇ ਤਰਨ ਤਾਰਨ ਰਾਤ ਨੂੰ ਆਣ ਪਹੁੰਚੇ, ਇੱਥੇ ਆ ਕੇ ਪਹੁੰਚ ਕੇ ਰਾਤ ਗੁਜ਼ਾਰੀ, ਦਿਨ ਚੜ੍ਹਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ ਤੇ ਅਰਦਾਸਾ ਸੋਧਿਆ, ਗੁਰੂ ਅਰਜਨ ਸਾਹਿਬ ਇਹ ਸੀਸ ਗੁਰੂ ਰਾਮਦਾਸ ਤੇਰੀ ਇਮਾਨਤ, ਤੇਰੇ ਚਰਨਾਂ 'ਚ ਭੇਟ ਕਰਨੀ ਹੈ, ਸਾਡੇ ਜਿਉਂਦੇ ਦੀ ਗਿਲਜੇ, ਸਾਡੇ ਪਾਵਨ ਅੰਮ੍ਰਿਤ ਦਾ ਸਰੋਵਰ ਪੂਰ ਦੇ, ਇਹ ਨਹੀਂ ਹੋ ਸਕਦਾ। ਉਧਰੋਂ ਗਿਲਜਿਆਂ ਦੀ ਫੌਜ ਹੈ, ਬਹਾਦਰ ਸੂਰਮੇ ਅਰਦਾਸਾ ਸੋਧਿਆ, ਤੇ ਅੱਗੇ ਖਾਲਸਾ ਜੀ ਵਧੇ ਤੇ ਇੱਕ ਲਕੀਰ ਸਾਹਿਬ ਗੁਰਦੁਆਰਾ ਤਰਨ ਤਾਰਨ ਵਿੱਚ, ਸ਼ਾਇਦ ਤੁਹਾਡੇ 'ਚੋਂ ਕਿਸੇ ਨੇ ਦਰਸ਼ਨ ਕੀਤੇ ਹੋਣ, ਖੰਡੇ ਨਾਲ ਲਕੀਰ ਖਿੱਚੀ, ਆਓ ਜਿਹਨਾਂ ਨੂੰ ਘਰ ਘਾਟ ਪਿਆਰਾ ਨਹੀਂ, ਆਓ ਜਿਹੜੇ ਗੁਰੂ ਗ੍ਰੰਥ ਗੁਰੂ ਪੰਥ ਵਾਸਤੇ ਮਰਨਾ ਚਾਹੁੰਦੇ ਨੇ, ਤਬ ਆਪ ਕੀ ਆਓ ਤੇ ਨਿਦਾਨ ਬਣਿਆ ਤੇ ਹੀ ਰਣ ਮੈਂ ਤਬ ਜੂਝ ਮਰੋ, ਆਓ ਬਹਾਦਰ ਸੂਰਮਿਓ ਖੰਡੇ ਦੀ ਲਕੀਰ ਤੋਂ ਪਾਰ ਹੋਵੋ। ਮਰਦ ਬਹਾਦਰ ਸੂਰਮਿਆਂ ਨੇ ਜਕਾਰੇ ਛੱਡੇ ਤੇ ਲਕੀਰਾਂ ਤੋਂ ਛਾਲਾਂ ਮਾਰ ਮਾਰ ਟੱਪੇ, ਅੰਮ੍ਰਿਤਸਰ ਵੱਲ ਤੁਰੇ ਨੇ। ਗਿਲਜੇ ਨੇ ਸੋਚਿਆ ਵੀ ਸ਼ਹਿਰ 'ਚ ਲੜਾਈ ਹੋਵੇਗੀ, ਨੁਕਸਾਨ ਜ਼ਿਆਦਾ ਹੋਵੇਗਾ, ਗਿਣਤੀ ਦੀ ਸਿੱਖ ਫੌਜ ਰਸਤੇ 'ਚ ਅੱਗੇ ਜਾ ਕੇ ਘੇਰ ਲੈਂਦੇ ਹੈ। ਗੋਲਵੜ ਦਾ ਮੈਦਾਨ ਆਇਆ ਤੇ ਲੜਾਈ ਦੀ ਸ਼ੁਰੂਆਤ ਹੋ ਗਈ। ਗੋਲਵੜ ਹੈ, ਬਾਬਾ ਜੀ ਦਾ ਉੱਥੇ ਅਸਥਾਨ ਬਣਿਆ ਹੋਇਆ, ਲਲਕਾਰ ਸਾਹਿਬ ਗੁਰਦੁਆਰਾ, ਲਲਕਾਰ ਸਾਹਿਬ ਸੱਜੇ ਹੱਥ, ਜਦੋਂ ਜਾਂਦੇ ਹਾਂ ਨਾ ਸੱਜੇ ਹੱਥ 'ਚ ਅੰਮ੍ਰਿਤਸਰ ਸਾਹਿਬ ਤੋਂ ਆਈਏ ਤੇ ਖੱਬੇ ਹੱਥ ਹੈ ਲਲਕਾਰ ਸਾਹਿਬ ਗੁਰਦੁਆਰਾ। ਜੈਕਾਰੇ ਛੱਡੇ ਗਿਲਜਿਆਂ ਦੇ ਵੱਲ ਵੇਖਦਿਆਂ ਹੋਇਆਂ ਬਹਾਦਰ ਸੂਰਮਿਆਂ ਨੇ, ਦੋਵਾਂ ਬੰਨਿਆਂ ਤੋਂ ਇੱਕ ਬਣੇ ਅਲੀ ਅਲੀ ਦੇ ਨਾਅਰੇ, ਦੂਜੇ ਬਣੇ ਖਾਲਸੇ ਜੈਕਾਰੇ, ਬਹਾਦਰ ਸੂਰਮਿਆਂ ਦੀ ਫੌਜ ਲੜਾਈ ਲੜਨ ਵਾਸਤੇ ਜੁੱਟ ਪਈ। ਦੁਸ਼ਮਣ ਦੀ ਫੌਜ ਨੂੰ ਪਿੱਛੇ ਹਟਾਉਂਦਿਆਂ ਹੋਇਆਂ ਵੱਧਦੀ ਬਹਾਦਰਾਂ ਦੀ ਫੌਜ ਚੱਬੇ ਪਿੰਡ ਦੀ ਜੂਹ ਤੋਂ ਲੰਘ ਰਹੇ ਸੀ। ਬਹਾਦਰ ਸੂਰਮੇ ਲੜਾਈ ਲੜ ਰਹੇ ਬਾਬਾ ਦੀਪ ਸਿੰਘ ਸਾਹਿਬ ਹੈ। ਆਖਿਰਕਾਰ ਦੋ ਬਹਾਦਰ ਸੂਰਮਿਆਂ ਦੇ ਇਕੱਠੇ ਵਾਰ ਹੋਏ, ਧੜ ਤੋਂ ਸਿਰ ਵੱਖਰੇ ਹੋਏ ਤੇ ਥੱਲੇ ਡਿੱਗ ਪਏ। ਉੱਥੇ ਪੁਰਾਣੀ ਹੁੰਦੀ ਸੀ ਵੱਡੀ ਟਾਹਲੀ, ਵੱਡੀ ਨਾ ਵੱਡੀ ਕੌਲੀ ਟਾਹਲੀ, ਤੇ ਟਾਹਲੀ ਨੂੰ ਨਿਹੰਗ ਸਿੰਘ ਟਾਹਲਾ ਕਹਿੰਦੇ ਨੇ। ਟਾਹਲਾ ਉੱਥੇ ਗੁਰਦੁਆਰਾ ਟਾਹਲਾ ਸਾਹਿਬ ਬਣਿਆ ਹੋਇਆ, ਟਾਹਲੀ ਤੋਂ ਟਾਹਲਾ ਸਾਹਿਬ ਹੈ। ਦੋ ਬਹਾਦਰ ਸੂਰਮਿਆਂ ਦੇ ਵਾਰ ਹੋਏ ਤੇ ਸਿਰ ਧੜ ਨਾਲ ਵੱਖਰੇ ਹੋਏ, ਧਰਤੀ ਤੇ ਡਿੱਗ ਪਏ। ਮੀਤ ਜਥੇਦਾਰ ਭਾਈ ਨੱਥਾ ਸਿੰਘ ਜੀ ਕੋਲ ਖਲੋਤਾ ਸੀ, ਕਈਆਂ ਨੇ ਆਖਿਆ ਹੋਣੀ ਨਹੀਂ ਆਖਿਆ, ਕਿਸੇ ਨੇ ਆਖਿਆ, ਕਿਸੇ ਨੇ ਆਖਿਆ, ਮੀਤ ਜਥੇਦਾਰ ਭਾਈ ਨੱਥਾ ਸਿੰਘ ਨੇ ਆਖਿਆ, ਬਾਬਾ ਜੀ ਅਰਦਾਸ ਕੀਤੀ ਸੀ ਤਰਨ ਤਾਰਨ ਦਰਬਾਰ ਸਾਹਿਬ ਹੈ, ਸਿਰ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਕੇ ਭੇਟ ਕਰਨਾ, ਰਸਤੇ 'ਚ ਡੇਰਾ ਲਾ ਲਿਆ, ਛੇਤੀ ਨਾਲ ਤੜ ਫੜ ਕੇ ਆ ਉੱਠੇ ਤੇ ਖੱਬੀ ਹਥੇਲੀ ਤੇ ਸਿਰ ਰੱਖ ਲਿਆ, ਕੱਚੇ 18 ਸਿਰ ਦਾ ਉਹੀ ਖੰਡਾ ਹੱਥ 'ਚ ਲੈ ਲਿਆ, ਮੁਗਲਾਂ ਦੇ ਆਹੂ ਲਾਉਂਦੇ ਹੋਏ ਐਸੀਆਂ ਭਾਜੜਾਂ ਪਾਈਆਂ, ਗਿਲਜੇ ਵੇਖ ਕੇ ਹੈਰਾਨ ਹੋ ਰਹੇ ਸੀ। ਉਹ ਜਿਉਂਦੇ ਤਾਂ ਸਿੱਖ ਲੜਦੇ ਸੀ ਨਾ, ਸਿਰ ਲੱਤੇ ਤੋਂ ਵੀ ਲੜੀ ਜਾਂਦੇ ਨੇ, ਪਿੱਛੇ ਭੌਂਕੇ ਨੇ ਵੇਖਿਆ, ਜੋ ਲਾਹੌਰ ਨੂੰ ਭੱਜੇ ਪਿੱਛਾ ਭੌਂਕੇ ਨੇ ਵੇਖਿਆ, ਬਹਾਦਰ ਗਤੀ ਨਾਲ ਲੜਦੇ ਬਹਾਦਰ ਸੂਰਮੇ ਧੰਨ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ 'ਚ ਜਾ ਪਹੁੰਚੇ, ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਭੇਟ ਕੀਤਾ, ਜਾ ਮੱਥਾ ਟੇਕਿਆ। ਉੱਥੇ ਜਗ੍ਹਾ ਬਣੀ ਹੁੰਦੀ ਸੀ ਪੁਰਾਣੇ ਸਮੇਂ, ਜਗ੍ਹਾ ਪੰਥ ਨੇ ਇੱਕ ਤੁਹਈਆ ਕੀਤਾ ਹੋਇਆ ਵੀ ਕੋਈ ਪੁਰਾਣੀ ਜਗ੍ਹਾ ਰਹਿਣ ਨਹੀਂ ਦੇਣੀ, ਉਹਦੇ ਕਾਰਨ ਉਹ ਜਗ੍ਹਾ ਵੀ ਸਾਡੀ ਅੱਜ ਲੋਪ ਹੋ ਗਈ ਹੈ। ਜਦੋਂ ਪੱਥਰ ਲਾਇਆ ਤਾਂ ਨਵਾਂ ਨਵਾਂ ਮੈਂ ਹਰਿਮੰਦਰ ਸਾਹਿਬ ਸਾਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪੱਥਰ ਲਾਇਆ, ਪਹਿਲਾਂ ਟੁੱਟ ਗਿਆ ਸੀ ਟੈਂਕਾਂ ਨਾਲ ਜੂਨ 84 ਵਿੱਚ, ਉਹ ਪੱਥਰ ਨਵਾਂ ਲਾਇਆ ਤੇ ਥੱਲੇ
ਨਿੱਕੀ ਇੱਟ ਦੀ ਪਰਿਕਰਮਾ ਹੈ ਜਿਹੜੀ ਗੁਰੂ ਕਾਲ ਵੇਲੇ ਬਣੀ ਹੈ ਤੇ ਉਹਨਾਂ ਥਾਂ ਉੱਥੇ ਨਾ ਨਿੱਕੀ ਇੱਟ ਦੀਆਂ ਪਰਿਕਰਮਾ ਨਾਲ ਵੀ ਬਣਿਆ ਹੋਇਆ ਸੀ ਉਹਦੇ ਉੱਤੇ ਪੱਥਰ ਉਸੇ ਤਰ੍ਹਾਂ ਗੋਲ ਕਰਕੇ ਲਾਇਆ ਹੁੰਦਾ ਸੀ ਕੋਈ ਸਿਹਰਾ ਕੋਈ ਫੁੱਲ ਕੋਈ ਪੈਰ ਨਹੀਂ ਸੀ ਰੱਖਦਾ ਵੀ ਇਹ ਸ਼ਹੀਦੀ ਸਥਾਨ ਹੈ ਪਰ ਜਦੋਂ ਦੁਬਾਰਾ ਲਾਇਆ ਨਾ ਉਹ ਸਾਰੇ ਮਿਟਾ ਦਿੱਤੇ ਜਿਸ ਕੀ ਬਸਤ ਤੁਸੀਂ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ ਔਰ ਐਸੀ ਬਹਾਦਰ ਗਤੀ ਦੇ ਜੌਹਰ ਵਿਖਾਉਂਦੇ ਬਹਾਦਰ ਸੂਰਮੇ ਬਾਬਾ ਜੀ ਦਾ ਸਰੀ ਸ਼ਾਂਤ ਹੋਇਆ ਬਾਹਰ ਗੁਰਦੁਆਰਾ ਚਾਟੀਵੰਡ ਗੇਟ ਬਣਿਆ ਹੋਇਆ ਇੱਥੇ ਬਾਬਾ ਜੀ ਦੇ ਸਰੀਰ ਦਾ ਸਿੱਖ ਪੰਥ ਨੇ ਸੰਸਕਾਰ ਕੀਤਾ ਦਮਦਮ ਟਕਸਾਲ ਦੇ ਪਹਿਲੇ ਮੁਖੀ ਜਿਹਨਾਂ ਦਾ ਸਥਾਨ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਹੈ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ 30,000 ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤ ਦਿੱਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਗਰਲੇ ਬੰਨੇ ਸ਼ਹੀਦ ਗੰਜ ਅਸਥਾਨ ਬਾਬਾ ਗੁਰਬਖਸ਼ ਸਿੰਘ ਜੀ ਤੀਜਾ ਖਾਲਸਾ ਜੀ 84 ਦਾ ਕੱਲੂ ਘਰ ਹੈ ਸੰਤ ਬਾਬਾ ਜਰਨੈਲ ਸਿੰਘ ਜੀ 20ਵੀਂ ਸਦੀ ਦੇ ਮਹਾਨ ਯੋਧੇ ਇਹ ਦਮਦਮ ਟਕਸਾਲ ਨੂੰ ਮਾਣ ਪ੍ਰਾਪਤ ਹੈ ਬੜੀ ਵਿਰੋਧ ਬੜਾ ਚਿੱਕੜ ਬਹੁਤ ਕੁਝ ਕੁਝ ਹੀ ਯਤਨ ਬੜੇ ਲਾਲਚ ਬਹੁਤ ਕੁਝ ਹੋ ਰਿਹਾ ਇਹ ਟਕਸਾਲ ਤੋਂ ਹੀ ਖਤਰਾ ਹੈ ਇਹਨੂੰ ਰੋਲੋ ਇਹਨੂੰ ਮਲੀਆ ਮੇਡ ਕਰ ਦਿਓ ਪਰ ਇਹ ਬਾਜਾਂ ਵਾਲ ਦੀ ਚਲਾਈ ਹੋਈ ਹੈ ਦਿਨ ਚੰਗੇ ਮਰਦੇ ਆਉਂਦੇ ਰਹਿੰਦੇ ਨੇ ਕਮਜ਼ੋਰੀਆਂ ਆਉਂਦੀਆਂ ਰਹਿੰਦੀਆਂ ਨੇ ਪਰ ਨਾਸ ਨਹੀਂ ਹੋ ਸਕਦੇ ਸਿਧਾਂਤ ਨਹੀਂ ਕਰੇ ਮਰ ਸਕਦੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਥਾਨ ਵੀ ਪ੍ਰਕਰਮਾ 'ਚ ਬਣਿਆ ਹੋਇਆ ਹੈ ਖਸੋ ਖਾਲਸਾ ਜੀ ਇਹ ਮਾਣ ਹੈ ਦਮਦਮੀ ਟਕਸਾਲ ਨੂੰ ਤੇ ਕਲਗੀਧਰ ਦੀ ਚਲਾਈ ਹੋਈ ਹੈ ਸੰਪਰਦਾਇ ਹੈ ਗੁਰੂ ਰਹਿਮਤ ਬਖਸ਼ਿਸ਼ ਕਰੇ ਢਾਡੀ ਜਥਾ ਵੀ ਆ ਗਿਆ ਮੌਸਮ ਵੀ ਸਮਾਂ ਵੀ ਬੜਾ ਹੋ ਗਿਆ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਏ ਜਿੱਥੇ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਪ੍ਰਬੰਧਕ ਵੀਰਾਂ ਦਾ ਹੈ ਤੁਹਾਡਾ ਦਮਦਮੀ ਟਕਸਾਲ ਨਾਲ ਲੰਮੇ ਅਰਸੇ ਤੋਂ ਮੋਹ ਪਿਆਰ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਨਾਲ ਜਥੇਦਾਰ ਬਾਬਾ ਬੀਕਾ ਸਿੰਘ ਜੀ ਸੋ ਬਾਬਾ ਬੀਕਾ ਸਿੰਘ ਸਾਹਿਬ ਜੀ ਬੜਾ ਪ੍ਰੇਮ ਸੀ ਮਹਾਂਪੁਰਖਾਂ ਨਾਲ ਬੜਾ ਪਿਆਰ ਦਿੰਦੇ ਸਨ ਪਿਛਲੇ ਸਮੇਂ ਪਹਾੜਾਂ ਵਰਤ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਤੁਹਾਡੇ ਇੱਥੇ ਆਏ ਭਾਈ ਅਮਰੀਕ ਸਿੰਘ ਜੀ ਹੋਰ ਵੀ ਬਹਾਦਰ ਸੂਰਮੇ ਆਉਂਦੇ ਰਹੇ ਸ਼ਹੀਦ ਭਾਈ ਕਸ਼ਮੀਰ ਸਿੰਘ ਸਾਹਿਬ ਜੀ ਇਕੱਠੇ ਹੀ ਅਸੀਂ ਵਿੱਦਿਆ ਪੜ੍ਹਦੇ ਰਹੇ ਜਥੇ ਜ ਰਹੇ 84 ਵਿੱਚ ਉਹ ਵੀਰ ਵੀ ਸ਼ਹਾਦਤ ਦਾ ਜਾਮ ਪੀ ਗਿਆ ਪਰਿਵਾਰ ਉਹਨਾਂ ਦਾ ਭਾਈ ਮਹਿੰਦਰ ਸਿੰਘ ਜੀ ਦੂਜੇ ਭਾਈ ਸਾਹਿਬ ਜੀ ਸਾਰੇ ਇੱਥੇ ਰਹਿੰਦੇ ਨੇ ਤੁਹਾਡਾ ਨਗਰ ਵੀ ਪੰਥ ਵਿੱਚ ਬਹੁਤ ਵੱਡਾ ਕੁਰਬਾਨੀ ਵਾਲਾ ਹੈ ਔਰ ਇਸੇ ਕਰਕੇ ਤੁਸੀਂ ਦਮਦਮੀ ਟਕਸਾਲ ਨੂੰ ਪਿਆਰ ਦਿੰਦੇ ਹੋ ਅਤੇ ਤੁਹਾਡੇ ਪਿਆਰ ਨੂੰ ਸਮਝਦਿਆਂ ਹੋਇਆਂ ਟੈਲੀਫੋਨ ਕਰਦੇ ਹੋ ਅਤੇ ਅਸੀਂ ਭੱਜੇ ਆਉਂਦੇ ਹਾਂ ਵੀ ਸਾਡਾ ਆਪਣਾ ਘਰ ਹੈ ਸਾਡੇ ਉੱਥੇ ਵੀ ਰਹਿੰਦੇ ਨੇ ਜਥੇਦਾਰ ਬਾਬਾ ਬੀਕਾ ਸਿੰਘ ਦੇ ਬੂਟੇ ਲਾਏ ਹੋਏ ਨੇ ਇੱਕ ਮਾਣ ਤੁਹਾਨੂੰ ਗੁਰੂ ਨੇ ਹੋਰ ਵੀ ਬਖਸ਼ਿਆ ਹੈ ਤੁਹਾਡੇ ਮਹਾਨ ਇੱਥੋਂ ਦੇ ਕੀਰਤਨੀ ਗੁਰਮੁਖ ਪਿਆਰਾ ਕੀਰਤਨੀ ਅੱਜ ਦੁਨੀਆ 'ਚ ਖਾਲਸਾ ਜੀ ਵਿਚਰਦਾ ਦੁਨੀਆ ਵਿੱਚ ਹੈ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਜਿੱਥੇ ਕੀਰਤਨ ਕਰਦਾ ਸ਼ਹਿਬਰਾਂ ਲਾ ਦਿੰਦਾ ਸੀ ਗੁਰੂ ਦੀ ਕਲਾ ਗੁਰੂ ਨੇ ਉਹਨੂੰ ਕਲਾ ਬਖਸ਼ੀ ਹੋਈ ਹੈ ਸਤਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ ਸਾਰੇ ਹੀ ਚੜ੍ਹਦੀ ਕਲਾ ਵਾਲੇ ਹੋ ਸੋ ਭਾਈ ਸੁੱਖਾ ਸਿੰਘ ਜੀ ਹੋਰੀ ਸਾਰੇ ਤੁਸੀਂ ਭਾਈ ਮਹਿੰਦਰ ਸਿੰਘ ਹੋਰੀ ਜਿੰਨੇ ਹੋ ਸਾਰੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਹੋ ਕਾਰ ਸੇਵਾ ਵਾਲੇ ਮੇਰੇ ਅਤੀ ਸਤਿਕਾਰਯੋਗ ਜਿਨ੍ਹਾਂ ਦੇ ਪ੍ਰਤੀ ਮੇਰੇ ਮਨ 'ਚ ਥਾਂ ਪਿਆਰ ਸਤਿਕਾਰ ਹੈ ਬਾਬਾ ਬਲਕਾਰ ਸਿੰਘ ਸਾਹਿਬ ਜੀ ਕਾਰ ਸੇਵਾ ਹਨੂੰਮਾਨਗੜ੍ਹ ਸਾਹਿਬ ਉਹ ਵੀ ਇੱਥੇ ਦਰਸ਼ਨ ਦਿੱਤੇ ਨੇ ਉਹ ਵੀ ਆਏ ਹੋਏ ਨੇ 78 ਵਿੱਚੋਂ ਵੀ ਇਸ ਤਰ੍ਹਾਂ ਸਾਰੇ ਗੁਰਮੁਖ ਪਿਆਰੇ ਪਹੁੰਚੇ ਹੋਏ ਨੇ ਸਾਰੇ ਦੂਰ ਦਰੇਡੋ ਸੰਗਤ ਆਈ ਹੋਈ ਹੈ ਔਰ ਭਾਈ ਬਸੰਤ ਸਿੰਘ ਜੀ ਦਮਦਮੀ ਟਕਸਾਲ ਦੇ ਵਿੱਦਿਆ ਪੜ੍ਹਦੇ ਰਹੇ ਅੱਜ ਥਾਵਾਂ ਥਾਵਾਂ 'ਤੇ ਸੇਵਾ ਨਿਭਾਉਂਦੇ ਨੇ ਸਭ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਹੋ ਭੁੱਲਾਂ ਚੁੱਕਾਂ ਮੇਰੀਆਂ ਨੇ ਇਹਨੂੰ ਕਦੇ ਨਾ ਯਾਦ ਰੱਖਿਓ ਫਿਰ ਕਦੇ ਸਬੱਬ ਬਣਿਆ ਤੁਹਾਡੇ ਦਰਸ਼ਨ ਹੋਣਗੇ ਬਹੁਤ ਬਹੁਤ ਧੰਨਵਾਦ ਭੁੱਲ ਚੁੱਕ ਦੀ ਖਿਮਾ ਗੁਰੂ ਕੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੇਤ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਹਾਜ਼ਰਾ ਹਜ਼ੂਰ ਜਹਾਂ ਰਾਜ ਹੋਰ ਸਰਬ ਕਲਾ ਭਰਪੂਰ ਬਾਣੀ ਕੇ ਬੋਧ
ਚਵਰ ਛਤਰ ਤਖਤ ਦੇ ਮਾਲਕ ਮਾਲਕ ਕਹੇ ਨਾਥ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜਾ ਬੈਠੇ ਗੁਰੂ ਕੇ ਪਿਆਰ ਵਾਲੇ ਇੱਕ ਵਾਰੀ ਇਕਾਗਰਤਾ ਬਣਾਓ ਤੇ ਫਤਿਹ ਦਾ ਜੋਗ ਉਤਰ ਦੇ ਕੇ ਦਾਸਰਾਂ ਨੂੰ ਧਰਵਾਦੀ ਬਣਾਓ ਫਤਿਹ ਅਰਜ ਕਰਨ ਤੋਂ ਪਹਿਲਾਂ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਜਾਂ ਬਜ਼ੁਰਗ ਬਾਹਰ ਇੱਧਰ ਉੱਧਰ ਘੁੰਮ ਰਹੇ ਨੇ ਉਹਨਾਂ ਪ੍ਰਤੀ ਵੀ ਬੇਨਤੀ ਹੈ ਕਿ ਆਓ ਕੁਝ ਘੜੀਆਂ ਕੁਝ ਪਲ ਸਤਸੰਗ ਵਿੱਚ ਬੈਠਣ ਦਾ ਯਤਨ ਕਰੋ ਤਾਂ ਕਿ ਸਾਡਾ ਕੁਝ ਸੁਣਾਉਣਾ ਸਫਲਾ ਹੋ ਜਾਵੇ ਤੇ ਤੁਹਾਡਾ ਕੁਝ ਸੁਣਨਾ ਸਫਲਾ ਹੋ ਜਾਵੇ ਸੰਗਤ ਵਿੱਚ ਤਿੰਨ ਪ੍ਰਕਾਰ ਦੇ ਮਨੁੱਖ ਆਉਂਦੇ ਨੇ ਤੁਸੀਂ ਕਿਹੜੀ ਸ਼੍ਰੇਣੀ 'ਚ ਦਾਖਲਾ ਲੈਣਾ ਅਗਲੀਆਂ ਗੱਲਾਂ ਤੁਹਾਡੇ 'ਤੇ ਛੱਡੀਆਂ ਸੰਗਤ ਵਿੱਚ ਆਉਣ ਵਾਲਿਆਂ ਦੀ ਗਿਣਤੀ ਹੈ ਤਿੰਨ ਪ੍ਰਕਾਰ ਦੀ ਇੱਕ ਹੁੰਦੇ ਨੇ ਗੁਰਮੁਖ ਇੱਕ ਹੁੰਦੇ ਨੇ ਮਨਮੁਖ ਇੱਕ ਹੁੰਦੇ ਨੇ ਬੇਮੁਖ ਗੁਰਮੁਖ ਜਨ ਘਰੋਂ ਸਮਾਂ ਕੱਢ ਕੇ ਆਉਂਦਾ ਹੈ ਤੇ ਦੀਵਾਨ ਵਿੱਚ ਬਹਿੰਦਾ ਕੁਝ ਸੁਣਨ ਦਾ ਯਤਨ ਕਰਦਾ ਉਹ ਗੁਰਮੁਖ ਬਣ ਜਾਂਦਾ ਹੈ ਮਨਮੁਖ ਘਰੋਂ ਆ ਜਾਂਦਾ ਹੈ ਦੀਵਾਨ ਵਿੱਚ ਵੀ ਬਹਿ ਜਾਂਦਾ ਨਾ ਆਪ ਕੁਝ ਸੁਣਨਾ ਨਾ ਨਾਲ ਦੇ ਨੂੰ ਕੁਝ ਸੁਣ ਦੇਣਾ ਬੈਠਿਆਂ ਹੀ ਆਪਣੀਆਂ ਗੱਲਾਂ ਬਾਤਾਂ ਕਰਕੇ ਤੁਰ ਜਾਣਾ ਇਹ ਮਨਮੁੱਖਾਂ ਦਾ ਕੰਮ ਹੈ ਤੇ ਬੇਮੁੱਖ ਬੇਮੁੱਖ